ਬੜਾ ਵੇਲੇ ਸਿਰ ਆ ਗਿਆ ਫਜ਼ਲੂ, ਮੈਂ ਤੇਰੇ ਨਾਲ ਕੀਤੀ ਜ਼ਬਾਨ ਦੇ ਮੁਤਾਬਕ ਬਾਕੀ ਦੀ ਰਕਮ ਲੈ ਕੇ ਤੇਰਾ ਇੰਤਜ਼ਾਰ ਕਰ ਰਿਹਾ। ਮੈਂ ਬਾਕੀ ਦੀ ਰਕਮ ਲੈਣ ਨਹੀਂ ਆਇਆ ਜਾਗੀ ਦਾਰਾ, ਮੈਂ ਤੇਰਾ ਬਿਆਨਾ ਵਾਪਸ ਕਰਨ ਆਇਆ ਜਿਹੜਾ ਉਸ ਥਾਂ ਦੇ ਬਦਲੇ ਚ ਮੈਂ ਤੇਰੇ ਕੋਲੋਂ ਗਲਤੀ ਨਾਲ ਵਸੂਲ ਕਰ ਬੈਠਾ। ਓਏ ਸਾਡਾ ਦਿੱਤਾ ਹੈ ਬਿਆਨਾ ਤੈਨੂੰ ਮੋੜਨ ਦੀ ਜ਼ਰੂਰਤ ਕਿਸਾਂ ਹੋਈ ਹੈ ਫਜ਼ਲੂ? ਤੂੰ ਸ਼ਾਇਦ ਇਹ ਨਹੀਂ ਜਾਣਦਾ ਸਾਨੂੰ ਇਨਕਾਰ ਕਰਨ ਵਾਲਾ ਸਿਰ ਜ਼ਿਆਦਾ ਦੇਰ ਤੱਕ ਤੜ ਤੇ ਸਲਾਮਤ ਨਹੀਂ ਰਹਿ ਸਕਦਾ। ਜੇ ਪਹਿਲਾਂ ਨਹੀਂ ਸਾਂ ਜਾਣਦਾ ਓਏ ਤੇ ਹੁਣ ਪਤਾ ਲੱਗ ਗਿਆ, ਹੱਕ ਸੱਚ ਦੀ ਖਾਤਰ ਸਿਰਾਂ ਦੇ ਨਜ਼ਰਾਨੇ ਤੇਰੇ ਪੈਂਦੇ ਨੇ। ਤੂੰ ਉਸ ਥਾਂ ਤੇ ਬੁਰਾਈ ਦਾ ਡਾ ਖੋਲਣਾ ਚਾਹੁੰਦਾ ਨਾ, ਤੇ ਮੈਂ ਫੈਸਲਾ ਕੀਤਾ ਈ, ਮੈਂ ਉੱਥੇ ਰੱਬ ਦਾ ਘਰ ਬਣਾਈ ਤੇ ਆਪਣੇ ਪਿੰਡ ਵਿੱਚ ਕੋਈ ਬੁਰਾਈ ਦਾ ਡਾ ਨਹੀਂ ਖੁੱਲਣ ਦਿਆਂਗਾ। ਆਪਣਾ ਫੈਸਲਾ ਬਦਲ ਦੇ ਫਜ਼ਲੂ। ਫੈਸਲੇ ਬੁਜ਼ਦਿਲ ਬਦਲਦੇ ਨੇ ਜਾਗੀਰਦਾਰਾ, ਮੈਂ ਜ਼ਬਾਨ ਦਾ ਕਾਲ ਹਾਰਨਾ ਨਹੀਂ ਸਿੱਖਿਆ। ਇਹ ਜ਼ਰੂਰਤ ਤੈਨੂੰ ਬਹੁਤ ਮਹਿੰਗੀ ਪਵੇਗੀ, ਹਸ਼ਮਤ ਨਾ ਦਾ ਇੰਤਕਾਮ ਤੇਰੀ ਨਸਲ ਦਾ ਨਿਸ਼ਾਨ ਮਿਟਾ ਦੇਗਾ। ਤੇਰੀ ਕਿਸੇ ਸਜ਼ਾ ਦਾ ਡਰ, ਤੇਰੇ ਕਿਸੇ ਜ਼ੁਲਮ ਦਾ ਖੌਫ ਮੈਨੂੰ ਉਸ ਥਾਂ ਤੇ ਖੁਦਾ ਦਾ ਘਰ ਬਣਾਉਣ ਤੋਂ ਨਹੀਂ ਰੋਕ ਸਕਦੀ। ਮੈਂ ਚਾਹ ਰਿਹਾ ਜਾਗੀਰਦਾਰਾ ਜਿਹੜਾ ਸਭ ਕੱਢਣਾ ਹੀ ਉਹ ਕੱਢ ਲੈਣੀ। ਜਬਰੂ ਰਹਿਮੂ ਸ਼ੀਫੇ, ਫਜ਼ਲੂ ਨੇ ਸਾਡੇ ਮਕਾਨ ਨਾਲ ਖੇਡਣ ਦੀ ਚੂਸ ਕੀਤੀ ਹੈ, ਛੇਤੀ ਤੋਂ ਛੇਤੀ ਸਾਡੇ ਯਾਰ ਹੱਕ ਨੂੰ ਬੁਲਾ ਕੇ ਲਿਆ। ਸਾਡੇ ਵਰਗੇ ਸੱਜਣਾ ਨੂੰ ਆਵਾਜ਼ ਨਹੀਂ ਮਾਰਨੀ ਪੈਂਦੀ ਦੋਸਤਾ, ਪੇੜ ਪਵੇ ਤੇ ਆਪ ਪੜ ਜਾਂਦੇ ਨੀ। ਓਏ ਜੀ ਖੁਸ਼ ਕਰ ਦਿੱਤਾ ਈ ਹਾਕੂ, ਯਾਰ ਹੋਵੇ ਤੇ ਤੇਰੇ ਵਰਗਾ। ਇੱਕੋ ਹੀ ਸਾਜ ਦੱਸ, ਮੈਨੂੰ ਵੀ ਯਾਦ ਕੀਤਾ ਈ। ਤੇਰੇ ਪਿੰਡ ਦਾ ਫਜ਼ਲੂ ਜ਼ਮੀਨ ਦਾ ਬਿਆਨਾ ਲੈ ਕੇ ਮੁੱਕਰ ਕੇ ਆ ਗਿਆ, ਮੈਂ ਚਾਹੁੰਦਾ ਵਾਂ ਬਾਕੀ ਦੀ ਰਕਮ ਲੈ ਕੇ ਜ਼ਮੀਨ ਦਾ ਕਬਜ਼ਾ ਦੇ ਦਿਓ। ਹਾਕੂ ਜੱਟ ਲਈ ਇਹ ਬੜਾ ਹੀ ਮਾਮੂਲੀ ਕੰਮ ਈ ਦੋਸਤਾ, ਪਰ ਉਹ ਮੈਨੂੰ ਇਨਕਾਰ ਕਰ ਚੁੱਕਾ। ਲੋਕ ਤਾਂ ਇੱਕ ਸ਼ਰੀਫ ਇਨਸਾਨ ਦੇ ਰੂਪ ਚ ਜਾਣਦੇ ਨੇ ਦੋਸਤਾ, ਪਰ ਮੇਰਾ ਨਾਂ ਉਹ ਦਹਿਸ਼ਤ ਹੈ ਜਿਹਦੇ ਸਾਹਮਣੇ ਖਲੋਣਾ ਕਿਸੇ ਵੀ ਇਨਸਾਨ ਦੇ ਵੱਸ ਨਹੀਂ। ਇਹ ਤੇ ਠੀਕ ਹੈ ਹਾਕੂ, ਪਰ ਬੰਦਾ ਉਹ ਵੀ ਬੜਾ ਡਾਢਾ ਹੈ। ਸਾਡੇ ਤੋਂ ਵੱਧ ਡਾਢਾ ਕੌਣ ਹੋ ਸਕਦਾ ਦੋਸਤਾ? ਤੂੰ ਬਾਕੀ ਦੀ ਰਕਮ ਸਾਡੇ ਹੱਥ ਫੜਾ, ਜੇ ਉਹਨੇ ਰਕਮ ਲੈਣ ਤੋਂ ਇਨਕਾਰ ਕੀਤਾ ਤੇ ਤੇਰੀ ਸ਼ਰਾਫਤ ਲਈ ਇੱਕ ਸਿਰ ਹੋਰ ਲਾ ਦਿਆਂਗਾ। ਨੋਟਾਂ ਨੂੰ ਚੁੱਕ ਕੇ ਆਪਣੇ ਖੀਸੇ ਚ ਪਾ ਲਾ ਫਜ਼ਲੂ, ਤੇ ਉਹ ਸਾਂ ਦਾ ਕਬਜ਼ਾ ਮੈਨੂੰ ਦੇ ਦੇ ਜਿਹਦਾ ਸੌਦਾ ਤੂੰ ਮੇਰੇ ਯਾਰ ਹਸ਼ਮਤ ਨੱਤ ਨਾਲ ਕੀਤਾ ਸੀ। ਤੂੰ ਪਾਗਲ ਤੇ ਨਹੀਂ ਹੋ ਗਿਆ ਹਾਕੂ? ਹੋਰ ਕੁਝ ਨਹੀਂ ਤੇ ਉਸ ਰਿਸ਼ਤੇ ਦਾ ਖਿਆਲ ਕਰ ਜਿਹੜਾ ਮੈਂ ਆਪਣੀ ਧੀ ਨਾਲ ਤੇਰੇ ਪੁੱਤਰ ਨੂੰ ਮੰਗਿਆ ਸੀ। ਓ ਯਾਰੀ ਦੇ ਸਾਹਮਣੇ ਮੈਂ ਕਦੀ ਕਿਸੇ ਰਿਸ਼ਤੇ ਦੀ ਸ਼ਰਾਫਤ ਨਹੀਂ ਕੀਤੀ ਫਜ਼ਲੂ, ਮੈਂ ਤੈਨੂੰ ਇੱਕ ਵਾਰੀ ਫੇਰ ਆਖਣਾ ਵਾਂ, ਇਹਨਾਂ ਨੋਟਾਂ ਨੂੰ ਚੁੱਕ ਲੈ। ਮੈਨੂੰ ਪਹਿਲਾਂ ਹੀ ਪਤਾ ਸੀ ਤੂੰ ਮੇਰਾ ਚਿਹਰਾ ਵੇਖ ਕੇ ਇਨਕਾਰ ਨਹੀਂ ਕਰ ਸਕੇਗਾ। ਇਹਨਾਂ ਦੱਸ ਹੋਏ ਮੈਂ ਜ਼ਮੀਨ ਦਾ ਕਬਜ਼ਾ ਲੈਣ ਕਿਹੜੇ ਵੇਲੇ ਆਵਾਂ। ਇਹਨਾਂ ਨੋਟਾਂ ਨੂੰ ਇੱਥੋਂ ਲੈ ਕੇ ਟੁਰ ਜਾ, ਮੈਂ ਜ਼ਮੀਨ ਦਾ ਕਬਜ਼ਾ ਨਹੀਂ ਉਤੇਰਾ ਨਹੀਂ ਉਤੇਰਾ। ਐਸੇ ਪਤਾ ਲੱਗ ਗਈ ਕਿ ਤੈਨੂੰ ਮੇਰੇ ਬਦਮਾਸ਼ ਪੁੱਤਰ ਨੇ ਜ਼ਖਮੀ ਕੀਤਾ ਹੈ, ਪਰ ਇਹਨਾਂ ਤੇ ਦੱਸਦੇ ਵੀਰਾ ਤੇਰਾ ਜੁਰਮ ਕੀ ਹੈ? ਹਸ਼ਮਤ ਦੇ ਅੱਜ ਅਸਲ ਰੂਪ ਦਾ ਮੈਨੂੰ ਪਤਾ ਲੱਗ ਗਿਆ ਭੈਣਾ। ਲੋਕੀ ਤੇ ਉਹਨੂੰ ਬੜਾ ਚੰਗਾ ਆਦਮੀ ਸਮਝਦੇ ਨੇ, ਪਰ ਉਹ ਇੱਕ ਸ਼ੈਤਾਨ ਹੈ। ਉਹ ਮੇਰੀ ਜ਼ਮੀਨ ਤੇ ਕਬਜ਼ਾ ਕਰਕੇ ਬੁਰਾਈ ਦਾ ਡਾ ਖੋਲਣਾ ਚਾਹੁੰਦਾ ਸੀ। ਮੈਂ ਇਨਕਾਰ ਕੀਤਾ,
समझ गई। आज पता लग गया कि हशमत ने मेरे बदमाश पुत्र ने अपना यार क्यों बनाया। तो फिक्र ना कर तीरा, मैं उस सालम ने तेरी जमीन से कब्जा नहीं करन दिया। पर मैं ते उस जमीन ते रब दा घर बनाना सी पहला, ते हुण मेरी ये हसरत पूरी नहीं हो सकती, नहीं हो सकती, नहीं हो सकती। तेरी ख्वाहिश मैं पूरी करांगी दीदा, तेरे नाल नाल अपने पोतरे नाल मंगी हुई तेरी अस्थी नूं सीने नाल लाके रखांगी। रब ने उस बेगैरत पुत्र को तेरे खून का हिसाब भी जरूर पूछांगी। मैं तेरी खातर का खून जीता है जिदे नाल मेरी रिश्तेदारी सी, हुण कानून कोलों मन बचाना तेरा हक है। यारी दे इम्तिहान ही तू ही पूरा उतरे ते दोस्ती का हक अदा करने वास्ते असि अपना सब कुछ दाद ला गया। जी खुश किया या जगीरदारा, यार होवे ते तेरे वर्गा, जीदार होवे ते हक तट वर्गा। बड़े चंगे वक्त आया धारिया, सानू कड़ी मदद की लोड़ सी। हाकू जाट ने असले बना दे के सिर्फ तू ही बचा सकता। बिस्मिल्ला दोस्ता, गुजर ते यारा की खातर अपना सिर हर वेले चले चले फिर आ भाई चट्टा, इतना तुरना भी गल कर। खबरदार चट्टा, अपने कदमों की मिट्टी ना छोड़ी, कानून तेरे हाथों सच कड़ी लाने आ गया। ये तो जुर्म की है, इन्हें फजलों में कतल किया। ये जुर्म का सबूत? सबूत नहीं देनी है सखी सारा। मैं इस कतल की चश्मदीद गवाह हूं, थाने तो लेके वड्डी अदालत तक इक्को ही गल करांगी। कतल मेरे पुत्र ने किया तो मेरी अखा के सामने किया। मैं अस्कड़ी ला लो। तू तो मेरे हाथों च कानून की हथकड़ी पा दी है मां, पर एक गल मेरी याद रखी, मेरे जेल जान तो बाद भी एक जट पुत्र तो नचता यराना नहीं उटना, नहीं उटना। और थानेदार जी, बाली नु क्यों है दादी, ये रोंदी क्यों पई है? ऐसा क्यों कतल हो गया है दरिया? मानो जालम का ना दस दादी, जिन्हें यतीम किया मैं मार मार के मार दियांगा। उस कतल का ना हक छट। समझ गया दादी, पर दस सबे ने जुलम क्यों किया? ओदियां अखां नूं हशमत नत दी यारी ने अन्या कर दिता सी। पर इस वेले बाहर किथे वे दादी? ओदे हत्थां विच ते मैं कानून दियां हथकड़ियां पवाईयां, पर जे हुण जागीरदार ने मेरे पुत्र दी थां किसे होर नूं तोरिया ते मैं ओदे सामने लोहे दी दीवार बन के खलो जावांगी। मेरे सामने खलोता देख के हैरान क्यों हो गया बदबख्तो? जिस जमीन का कब्जा मेरा पुत्र नहीं ले सकिया, तुसी किने ले सकदे हो? ए गल हाकू जग दे मां दे मुंह चो ना निकली हुंदी, असि इस गल का जवाब इन्हें पैरों से दे देंगे। हले भी वेला ही अपने पुत्र ना साडे जगीरदार दे जराने का ख्याल रखे तो वापस चल जा। नहीं जो बगैर तो नहीं हो सकता। इस थां ते रब दा घर बनेगा या मेरी कब्र, ये मेरा फैसला जे। तू मेरी दादी की शान कोई गुस्सा ही की थी, थां मार देंगे। Thank you.
ਅੱਜ ਸਾਡੇ ਯਾਰ ਦੇ ਮੱਥੇ ਤੇ ਤਿਉੜੀਆਂ ਤੋਂ ਪਈਆਂ ਹੋਈਆਂ ਨੇ।
ਤਿਉੜੀਆਂ ਤੇਰੀ ਮੌਤ ਦੀਆਂ ਨੀ ਜੱਟਾ। ਮੈਂ ਤੇਰਾ ਮਤਲਬ ਨੀ ਸਮਝਿਆ ਜਾ ਰਿਹਾ। ਮਤਲਬ ਦਾ ਵੀ ਤੈਨੂੰ ਹੁਣੇ ਪਤਾ ਲੱਗ ਜਾਏਗਾ ਜੱਟਾ। ਜਦੋਂ ਤੇਰੇ ਜੁੱਤੇ ਨੂੰ ਗੋਲੀਆਂ ਨਾਲ ਵਿੰਨ ਕੇ ਪਿੰਡ ਦੇ ਤਾਂ ਵੀ ਸੁੱਟਾਂਗਾ। ਜੱਟ ਦੀ ਮੌਤ ਦਾ ਸੁਪਨਾ ਕਿਤੇ ਹੋਰ ਸ਼ਤਾਨ ਜਗੀਰਦਾਰ ਨੇ ਤੇ ਨਹੀਂ ਵੇਖਿਆ? ਦੋਹਾਂ ਪ੍ਰੀਆਂ ਜਗੀਰਾਂ ਮੋਟਿਆਂ ਦੇ ਦੌਲਤ ਦੇ ਦੌਰ ਤੇ ਯਾਰਾਂ ਨੇ ਯਰਾਨੇ ਖਰੀਦ ਕੇ ਉਹਨਾਂ ਕੋਲ ਤੀ ਪੈਣ ਤੇ ਮਾਂ ਦੇ ਰਿਸ਼ਤੇ ਦੀ ਪਛਾਣ ਕੋਲਣ ਲਾਈ। ਓਏ ਕਿਉਂ ਨੀ ਕਹਿੰਦਾ ਓਏ? ਉੱਥੇ ਜੱਟ ਕਟੋਰਾ ਲੱਭਾ ਤੇ ਪਾਣੀ ਪੀਤੀ ਆਪਰਿਆ। ਇੱਕ ਫਰਿਸ਼ਤੇ ਨੂੰ ਸ਼ਤਾਨ ਕਿਹਾ ਤੇ ਉਹਦੇ ਖਿਲਾਫ਼ ਸਿਰ ਚੁੱਕ ਕੇ ਯਾਰ ਮਾਰੀ ਦੀ ਪਹਿਲ ਕੀਤੀ ਹੂੰ। ਅੱਜ ਇਸੇ ਲਈ ਉਸ ਜਗੀਰਦਾਰ ਦਾ ਇੱਕ ਗੁੱਜਰ ਯਾਰ ਤੈਨੂੰ ਤੇਰੇ ਚੁਣ ਦੀ ਸਜ਼ਾ ਦੇਣ ਲਈ ਤੇਰਾ ਸਿਰ ਲਾ ਆਈ। ਅਗਰ ਮੇਰਾ ਯਾਰ ਬਣ ਕੇ ਮੇਰਾ ਸਿਰ ਲੈਣਾ ਚਾਹਣਾ ਤੇ ਸਿਰ ਮੈਂ ਔਰ ਚੁਕਾ ਦੇਣਾ। ਤੇ ਜੇ ਉਹ ਕਰੂਬੀ ਜਗੀਰਦਾਰ ਦਾ ਯਾਰ ਤੇ ਮੇਰਾ ਦੁਸ਼ਮਣ ਬਣ ਕੇ ਆਇਆ ਤੇ ਫਿਰ ਸਭਾ ਤੰਗ ਪੂਰ ਲੈ ਬਣਾਈ। ਓਏ ਗੁੱਜਰ ਨੇ ਸਿਰਫ ਯਾਰ ਦਾ ਯਰਾਨਾ ਵੇਖਿਆ ਹੀ ਉਹਦੇ ਐਪ ਨਹੀਂ ਮੇਰਾ ਮਸ਼ਵਰਾ ਮਾਨਾ ਹੈ। ਅਜੇ ਵੀ ਮੇਰੇ ਜਗੀਰਦਾਰ ਯਾਰ ਦੇ ਪੈਰੀ ਟਿੱਕ ਕੇ ਆਪਣੇ ਗੁਨਾਹ ਬਖਸ਼ਾ ਲੈ, ਨਹੀਂ ਤੇ ਤੇਰੀ ਮੌਤ ਦਾ ਸਵਾਦ ਮੈਂ ਜ਼ਰੂਰ ਖੱਟਣੀ ਹੋਏ। ਬੜਾ ਪਛਤਾਏਗਾ ਗੁਜਰਾਲਾ। ਇਸ ਲਈ ਦੌਲਤ ਨਾਲ ਪਿਆਰ ਕਰਨ ਵਾਲਿਆਂ ਨੇ ਜਰਾਨੇ ਕਦੀ ਨਹੀਂ ਨਿਭਾਏ। ਅਰੇ ਲੈ ਫਿਰ ਸਿੱਧਾ ਆ ਜਾ ਜੱਟਾ ਤੇ ਗੁੱਜਰ ਦਾ ਖਰਾਬ ਵੇਖ। Thank you.
ਆਪ ਪੁੱਤਰ ਦੇ ਮਰਨ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਹੁਣ ਤੇਰੇ ਕਫਨ ਦਫਨ ਦਾ ਬੰਦੋਬਸਤ ਕਰਨ ਆਈਏ। ਤੇਰੇ ਪੁੱਤਰ ਦਾ ਕਾਤਲ ਮੈਂ ਨਹੀਂ ਹਾਜ਼ਰਾ, ਦਾਰਾ ਗੁੱਜਰ ਸੀ ਜਿਨ ਕਾਨੂੰਨ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਮੇਰੇ ਪੁੱਤਰ ਦਾ ਕਾਤਲ ਦਾਰਾ ਗੁੱਜਰ ਨਹੀਂ ਜਾਗੀਰਦਾਰ। ਜੇ ਪੁੱਤਰ ਮਰਨ ਤੋਂ ਬਾਅਦ ਸਾਥੀਆਂ ਨੇ ਤੈਨੂੰ ਪਾਗਲ ਕਰ ਦਿੱਤਾ ਹਾਜ਼ਰਾ, ਜਾ ਕੇ ਮੇਰੇ ਖੋਲੇ ਖਰਾਬਖਾਨੇ ਚ ਜਿੰਨੀ ਦੌਲਤ ਦੇਣੀ ਜਾ ਕੇ ਲੈ ਆ। ਦੌਲਤ ਦੀ ਤਾਂ ਮਾਂ ਨੇ ਉਹਦਾ ਪਰਵਾਹ ਨਹੀਂ ਸੀ ਕੀਤੀ ਜਦੋਂ ਮੇਰਾ ਪੁੱਤਰ ਤੇਰੇ ਕਹਿਣ ਤੇ ਬੁਲਾਈ ਦੇ ਅੱਡੇ ਚਲਾਉਂਦਾ ਸੀ ਤੇ ਵੱਡਾ ਬਦਮਾਸ਼ ਖਵਾਉਂਦਾ ਸੀ। ਮਾਂ ਨੂੰ ਤਾਂ ਖੂਨ ਦੇ ਬਦਲੇ ਵਿੱਚ ਖੂਨ ਚਾਹੀਦਾ ਜਾਗੀਰਦਾਰਾ, ਜੋ ਵੀ ਤੇਰਾ। ਮੈਂ ਇੰਤਕਾਮ ਆਪਣੇ ਸ਼ਹੀਦ ਪੁੱਤਰ ਦੇ ਖੂਨ ਦਾ ਤੇ ਕਜ਼ਾਵਾਂ ਤੇਰੇ ਉਹਨਾਂ ਜੁਰਮਾਂ ਦੀ ਜਿਹਦੀ ਸਜ਼ਾ ਤੈਨੂੰ ਅਮਿਟ ਤੱਕ ਕਾਨੂੰਨ ਵੀ ਨਹੀਂ ਦੇ ਸਕਿਆ। ਚੁਦਰਾਣੀਏ, ਉਹ ਤੈਨੂੰ ਠੀਕ ਹੀ ਕਹਿ ਗਈ ਏ, ਤੂੰ ਆਪਣੇ ਸੁਹਾਗ ਦੇ ਕਤਲ ਦਾ ਬਦਲਾ ਕਦੀ ਨਹੀਂ ਲੈ ਸਕਦੀ, ਕਦੀ ਨਹੀਂ ਲੈ ਸਕਦੀ। ਜਿਨ੍ਹਾਂ ਦੇ ਸਿਰ ਦੇ ਸਾਈਂ ਕਤਲ ਹੋ ਜਾਣ ਉਹਨਾਂ ਦਾ ਬਦਲਾ ਸਿਰਫ ਉਹਨਾਂ ਦੇ ਪੁੱਤਰ ਹੀ ਲੈ ਸਕਦੇ ਨੇ, ਪੁੱਤਰ ਹੀ ਲੈ ਸਕਦੇ ਨੇ। ਤੇਰੀ ਮੁਸ਼ਕਲ ਨੂੰ ਆਸਾਨ ਦਾਰੇ ਗੁੱਜਰ ਦਾ ਉਹ ਪੁੱਤਰ ਕਰ ਸਕਦਾ ਹੈ ਜਿਹਨੂੰ ਕੁਛ ਦਿਨ ਪਹਿਲੇ ਉਹਦੀ ਮਾਂ ਨੇ ਤੇਰੀ ਹਵੇਲੀ ਦੇ ਤਹਿਖਾਨੇ ਜਨਮ ਦਿੱਤਾ ਹੈ, ਤਹਿਖਾਨੇ ਜਨਮ ਦਿੱਤਾ ਹੈ। ਤੂੰ ਆਪਣਾ ਵੈਰ ਇਸ ਤਰ੍ਹਾਂ ਵਿਆਹ ਸਕਦੀ ਏ ਕਿ ਤੂੰ ਉਹਨੂੰ ਆਪਣਾ ਪੁੱਤਰ ਬਣਾ ਲੈ, ਆਪਣਾ ਪੁੱਤਰ ਬਣਾ ਲੈ, ਆਪਣਾ ਪੁੱਤਰ ਬਣਾ ਲੈ। ਤੂੰ ਦੱਸ ਇੱਥੇ ਕੀ ਲੈਣਾ ਹੈ?
ਸੰਨੀ ਵੇਖਣ ਆਈਆਂ ਕਿਧਰੇ ਜੇਲ ਦੀ ਚੱਕੀ ਪੀ ਪੀ ਕੇ ਤੇਰਾ ਕੁਬ ਸ਼ੁਭ ਤਾਂ ਨਹੀਂ ਨਿਕਲ ਆਇਆ। ਕੁਬ ਤੇ ਮੇਰਾ ਉਦੋਂ ਨੀਚੇ ਨਿਕਲਿਆ ਜਗੀਰਦਾਰੀਏ ਜਦੋਂ ਮੇਰਾ ਜਵਾਨ ਪੁੱਤਰ ਕਤਲ ਹੋਇਆ ਸੀ। ਹੁਣ ਤੇ ਪੁੱਤਰ ਦੇ ਰੂਪ ਵਿੱਚ ਮੇਰਾ ਪੋਤਰਾ ਸ਼ੀਂਹ ਵਰਗਾ ਜਵਾਨ ਹੋ ਗਿਆ। ਹੁਣ ਮੇਰਾ ਕੁਬ ਕਿਵੇਂ ਨਿਕਲ ਸਕਦਾ? ਪੁਰਾਣੀ ਦੁਸ਼ਮਣ ਦਾ ਨਿਯੰਤਰਣ ਮੈਂ ਤੇਰੀ ਚੋਲੀ ਪਾ ਚੱਲੀ ਆ ਤੇ ਉਹਦੀ ਵਸੂਲੀ ਮੇਰਾ ਪੁੱਤਰ ਲੈਗਾ। ਕਾਰਨਾਮਾ ਵਖਾਣ ਲਈ ਪੁਲਿਸ ਨੂੰ ਵੀ ਨਾਲ ਲੈ ਆਈ ਤੇ ਫਿਰ ਵੇਖ ਲੈ ਮੈਂ ਇਸ ਪਿੰਡ ਚ ਕੋਈ ਵੀ ਐਸਾ ਜਵਾਨ ਨਹੀਂ ਹੋ ਛੱਡਿਆ ਜਿਹਦੀ ਲੱਤ ਪਾ ਨਾ ਟੁੱਟੀ ਹੋਵੇ ਜਾਂ ਮੱਥਾ ਨਾ ਰੰਗਿਆ ਹੋਵੇ। ਤੇਰੇ ਇਸ ਕਾਰਨਾਮੇ ਤੋਂ ਖੁਸ਼ ਹੋ ਕੇ ਮੈਂ ਕਾਨੂੰਨ ਨੂੰ ਨਾਲ ਲੈ ਕੇ ਆਈ ਆ ਹੀਰਿਆ। ਕੀ ਮਤਲਬ ਮਾਂ? ਜੇ ਮੇਰੇ ਹੱਥੋਂ ਪੂਰੇ ਪਿੰਡ ਨੂੰ ਵੀ ਫਟਲ ਕਰਵਾ ਕੇ ਤੇਰਾ ਰਾਂਝਾ ਰਾਜ਼ੀ ਨਹੀਂ ਹੋਇਆ ਤੇ ਫਿਰ ਇਹਨਾਂ ਦੀ ਪਾਣ ਪਤ ਲਾ ਦਿਆ ਜਿਹੜੇ ਮੇਰੀ ਜਿਦਾਰੀ ਦੇ ਰੰਗ ਵਿੱਚ ਪੰਗ ਪਾਉਣ ਲਈ ਤੇਰੇ ਨਾਲ ਆਏ। ਮੱਥਾ ਕਾਨੂੰਨ ਨਾਲ ਨਹੀਂ ਦੁਸ਼ਮਣ ਨਾਲ ਲਾਈਦਾ ਹੀਰਿਆ। ਕਾਨੂੰਨ ਦਾ ਇਤਰਾਮ ਕਰ ਤੇ ਚੁੱਪ ਕਰਕੇ ਹੱਥ ਕੜੀ ਲਵਾ ਲੈ। ਇਹ ਤੇਰੀ ਮਾਂ ਦਾ ਹੁਕਮ ਹੈ। ਇਤਰਾਮ ਤੇ ਇਸ ਜੱਗ ਵਿੱਚ ਮੈਂ ਰੱਬ ਦੇ ਬਾਅਦ ਸਿਰਫ ਤੇਰਾ ਕਰਨਾ ਵਾ ਮਾਂ। ਦਿਲ ਤੇ ਨਹੀਂ ਮੰਨਦਾ ਤੇਰਾ ਹੁਕਮ ਸਿਰ ਮੱਥੇ ਤੇ। ਹਵਾਲਦਾਰ ਇਹਨੂੰ ਹੱਥ ਕਰੀ ਲਾ ਲਾ। ਮਾਂ ਤੇਰੇ ਕਹਿਣ ਤੇ ਮੈਂ ਸਰਕਾਰ ਦੇ ਸੰਗਲ ਤੇ ਪਾ ਲੈਣ ਪਰ ਇੱਕ ਗੱਲ ਤੇ ਦੱਸ ਮੈਨੂੰ ਜੇਲ੍ਹ ਤੋਰਨ ਦਾ ਬੰਦੋਬਸਤ ਕਿਉਂ ਕੀਤਾ? ਇਸ ਲਈ ਕਿ ਤੇਰੇ ਪਿਓ ਦਾ ਕਾਤਲ ਜੇਲ ਮੇਰੇ ਪਿਓ ਦਾ ਕਾਤਲ ਤੇ ਮੇਰਾ ਪਿਓ ਕਤਲ ਹੋਇਆ ਸੀ ਨੂਰਪੁਰ ਦੇ ਹਾਕੂ ਜੱਟ ਦੀ ਮਾਂ ਤੇ ਉਹਦੇ 12 ਸਾਲ ਦੇ ਪੁੱਤਰ ਨੇ ਤੇਰੇ ਪਿਓ ਨੂੰ ਕਤਲ ਕਰਕੇ ਨੱਤਾਂ ਦੀ ਪੱਗ ਦਾ ਸ਼ਮਲਾ ਹਮੇਸ਼ਾ ਲਈ ਨੀਵਾਂ ਕਰ ਦਿੱਤਾ ਸੀ। ਇਹ ਗੱਲ ਮਾਂ ਜਾ ਜਾ ਕੇ ਖੁਸ਼ੀਆਂ ਮਨਾਉਣ ਦੀਆਂ ਤਿਆਰੀਆਂ ਕਰ ਤੇ ਦੇਗਾ ਦਾ ਮਸਾਲਾ ਖਰੀਦ। ਮੈਂ ਜੇਲੇ ਪੈਰ ਪੌਦਿਆਂ ਹੀ ਉਸ ਜੱਟ ਦਾ ਸਿਰ ਲਾ ਕੇ ਤੈਨੂੰ ਪਾਰਸਲ ਕਰ ਜਾ। ਦਾਦੀ ਸਜ਼ਾ ਮੇਰੀ ਮੁੱਕ ਗਈ ਹੈ। ਦਾਦੀ ਤੇਰੀ ਅੱਖਾਂ ਚ ਅੱਥਰੂ ਕਿਉਂ ਨੇ? ਸਜ਼ਾ ਤੇ ਮੇਰੀ ਵੀ ਮੁੱਕ ਗਈ ਹੈ ਹੈਦਰਾ, ਪਰ ਇਸ ਦਿਨ ਸਾਹਮਣੇ ਖਲੋਤਿਆਂ ਵੇਖ ਕੇ ਤੇਰਾ ਪਿਓ ਹਾਕੂ ਯਾਦ ਆ ਗਿਆ। ਦਾਦੀ ਭਲਾ ਤੇ ਉਹਨੂੰ ਮੈਂ ਵੀ ਨਹੀਂ ਸਕਿਆ, ਪਰ ਅਫਸੋਸ ਇਸ ਗੱਲ ਦਾ ਕਿ ਹਸ਼ਮਤ ਦਾ ਪੁੱਤਰ ਕੋਈ ਨਹੀਂ। ਉਹਦਾ ਕੋਈ ਪੁੱਤਰ ਹੈਗਾ ਜਾਂ ਨਹੀਂ ਹੈਗਾ ਸਾਨੂੰ ਇਹਦੇ ਨਾਲ ਕੀ ਲੱਗੇ? ਸਾਡੇ ਨਾਲ ਗੱਲਾਂ ਨੂੰ ਪੁੱਛਾ, ਛੇਤੀ ਨਾਲ ਪਿੰਡ ਅੱਪੜਨ ਵਾਲੀ ਗੱਲ ਕਰੀਏ। ਆਜਾ ਪਿੰਡ ਵੀ ਟੁਰ ਜਾਂਦੇ ਆ ਦਾਦੀ, ਉੱਥੇ ਕਿਹੜਾ ਕੋਈ ਮੇਰੇ ਦੀਦਾਰ ਲਈ ਤਰਸ ਰਿਹਾ ਹੋਵੇਗਾ। ਕੀ ਆਉਂਦੀਆਂ ਮੈਂ ਕਰਾਂਗੀ ਗੱਲਾਂ ਪੁੱਟੀਆਂ ਕਿ ਨਾ ਮੁੱਕ ਜਾਵਾਂ ਮੇਰੇ ਸੰਸਾਰ ਦਾ ਹੁਣ ਹੋਵੇਗਾ ਦੀਦਾਰ ਸੋਹਣੇ ਯਾਰ ਦਾ। ਕੁਝ ਬੋਲਣ ਕੀ ਆਉਂਦੀਆਂ ਮੈਂ ਕਰਾਂਗੀ।
तू मेरे वाल कंड क्यों कर ले? मैं तेरे वाल कंड असली कर लिए बालिए कि पंजाब का पुत्र इस तरह मिलना चंगा नहीं लगता जैसा तू मिलना शानी। मैं तेरे नलवादा कर रही हूँ, हूं छड़ के किधरे नहीं जाएगा। मैं यकीन कर ली है दादी, पर की कुड़िए किधरे तो चुदरानी के पुत्र। हाँ दादी, मैं उसे चुदरानी के पुत्र हीरे की गल करना चाहती हूँ जिन्होंने उन्हें अपने इंतकाम की पट्टी का बालन बना के हैदर पीछे जेल तोड़ दिया। तेरे मुंह दुश्मन का नाम सुन के बालिए मेरे सिर की फिरकी पौ गई है, जे उन्हें जेल तोड़ दिता तो उसे मैं पकड़ जाऊंगा। रुक जा हैदरिया, वैसे देखो इस हाल मारे तो पहले चंगी तरह सोच ले कि तेरी दादी तेरे बगैर एक पल भी जिंदा नहीं रह सकती। जे गल है दादी तो फिर मैं तेरे वादा करना कि मैं तुम छड़ के नहीं जावगा, पर मेरी एक गल याद रखना, जिन्हें पुल के भी इस हवेली वाल पैर पाया दादी ज्यादा सिर उसे तड़ तेरी तेरे पैर चवेगा। नंबर दारा तेनू पता मेरा दुश्मन कितने रे? मैं तेनू नहीं जानता जवाना, मैंने तेरे दुश्मन की पछाण किस तरह हो सकती है? और जे तू मैनू नहीं जानता तो फिर इतों का नंबरदार क्यों बने? वो सिफारशी अगर किसी होर हकदार न दे मेरे तो वह हकदार कौन हो सकता मुनिया? तू मैं सिर्फ अपना तो अपने दुश्मन का नाम पता दे दे। मेरा नाम हीरा नत्त, मेरा दुश्मन नूरपुर के हाकू जट का पुत्र हैदरा चट। पर कुछ दिन होए ने अपनी सजा कट के तो तुर गया। तू मैं ये दस तेरी और दुश्मनी की है? वो कातल ने मेरे दो जगीरदार हसमत लगता, पर ये सब कुछ पूछने वाला तू कौन है? मैं यार तेरे कतल होने वाले प्यो का। झूठ न बोला बुजुर्गा, जो तू मरण वालों का यार हों तो मौत की खबर सुन के इतने नंबरदारी करने की बजाय जेलों नस गया होता, या उस जट का सिर इस जेल के अंदर तड़ों वक् कर देता। दुख तो इसे गल का नशा, मैनु अज तक उस यार के कतल होने की खबर नहीं मिली, नहीं तो जट अपना सिर तड़ तो लैके इतों कभी वापस ना चाहता। ठंड पा दी मेरे प्यो दिया यारा, हूं तेन उस जट के सिर की फिक्र करने की कोई लोड़ नहीं, मैं उसका गाटा जेलों बाहर जाके आप ही लावांगा। तेन इतों जान किन्ने देने नता, वो तेरा ही नहीं यार मेरा भी कतल होया, हूं वह इंतकाम बन के जेलों मैं सारा जानूंगा। नहीं बुजुर्गा नहीं, वो कतल का हुक्म मेरी मां ने सिर्फ मैंने दिता है, तो बोला कि मैं तेरी शाम में कोई गुस्ताखी करा, मैंने छेड़ दो, मैंने छेड़ दो। ऐस तुहान नु जबरदस्ती क्यों फड़िया उतारिया? मैं तू नहीं जानता रंगिया, ये तेरे तो मेरे यार हसमत नक का पुत्र ही, ये अपने दुश्मन नु मुका के छाए लग गया, हसन वाले दिन मैं अपने यार नु की मुंह हालूंगा। और तेन आखरत ही पई है मैं इसे दुनिया में इंतकाम लेके सुरखुरू होना चाहना वा, छोड़ो मैनू, मैं कहना मैंने छोड़ पिछा मैं कर पा रहा, अज तक यार बन के एदे प्यो दे हर वैर असी मुकांदे रहे, अजे भी तो पता लगे कि पुत्र प्यो का इंतकाम किस तरह लैंदा है। ठीक के रंगिया, जे बार जाके अपना दुश्मन ना मुका सकिया फिर इस कम मैं आप करूंगा, इसलिए अच मेरी कैदरी मुक्त जानी है। जे हीरा प्यो के कातल का सिर लाने लई जेल की कंध टप गया जबरू, ते फिर अज इस खुशी के मौके से मैं अपने पुत्र के सिर का सदका समझ के उस कैद को आजाद करनी हूं जिहड़ी मुद्दतों तो साडे बनाए कैदखाने च बंद है। गल नहीं
ਵੀਹਾਂ ਵਰਿਆਂ ਦੀ ਕੈਦ ਕੱਟਣ ਤੋਂ ਬਾਅਦ ਵੀ ਤੇਰੀ ਧੌਣ ਦੀ ਆਖਰ ਕਿਉਂ ਨਹੀਂ ਗਈ? ਰੱਬ ਦਾ ਸ਼ੁਕਰ ਕਰ, ਅੱਜ ਮੇਰੇ ਪੁੱਤਰ ਦੇ ਸਿਰ ਸਦਕੇ ਵੀਹਾਂ ਵਰਿਆਂ ਬਾਅਦ ਤੂੰ ਵੀ ਅਸਮਾਨ ਦਾ ਮੂੰਹ ਵੇਖੀ। ਅਸਮਾਨ ਦਾ ਮੂੰਹ ਤੇ ਮੈਂ ਬਾਅਦ ਵਿੱਚ ਵੇਖਾਂਗੀ ਜਗੀਰਦਾਰਨੀ, ਪਹਿਲਾਂ ਮੈਨੂੰ ਮੇਰੇ ਉਸ ਪੁੱਤਰ ਦਾ ਮੂੰਹ ਵਿਖਾ। ਤੈਨੂੰ ਤੂੰ ਮੇਰੇ ਕੋਲੋਂ ਜੰਮ ਦੇਖਾ ਕੇ ਮੇਰੀ ਚੋਲੀ ਖਾਲੀ ਕਰ ਦਿੱਤੀ ਸੀ। ਮੈਂ ਤੈਨੂੰ ਇੱਕ ਵਾਰ ਨਹੀਂ ਲੱਖ ਵਾਰ ਦੱਸ ਚੁੱਕੀ ਹਾਂ ਤੇ ਤੇਰਾ ਪੁੱਤਰ ਮਰ ਚੁੱਕਾ ਹੈ। ਨਹੀਂ ਜਗੀਰਦਾਰਨੀ, ਨਹੀਂ, ਮੇਰੀ ਮਮਤਾ ਗਵਾਹੀ ਦੇ ਹੈ ਕਿ ਮੇਰਾ ਪੁੱਤਰ ਮਿਲ ਜਾਏ। ਇਸ ਹਵੇਲੀ ਚੋਂ ਨਿਕਲ ਜਾ, ਇਹ ਮੇਰਾ ਹੁਕਮ ਨਹੀਂ। ਇੱਥੋਂ ਜਾਣਾ ਕਿੰਨੇ ਮੈਂ ਜਗੀਰਦਾਰਨੀ, ਮੈਂ 20 ਸਾਲ ਤੇਰੀ ਕੈਦ ਇੱਕ ਦਿਨ ਦਾ ਲਾਸ਼ ਬਣ ਕੇ ਰਹੀ ਹਾਂ ਤੇ ਫਿਰ ਅੱਜ ਮੈਂ ਹਮੇਸ਼ਾ ਲਈ ਤੈਨੂੰ ਵੀ ਲਾਸ਼ ਬਣਾ ਦਿਆਂਗੀ। ਇਸ ਹਵੇਲੀ ਨੂੰ ਅੱਗ ਲਾ ਦਿਆਂਗੀ। ਬੋਲ, ਮੇਰਾ ਪੁੱਤਰ ਕਿੱਥੇ? ਬੋਲ, ਨਹੀਂ ਤੇ ਮੈਂ ਤੇਰੇ ਪਿੰਡੇ ਤੋਂ ਤੇਰੀ ਰੂਹ ਖਿੱਚ ਲਾਂਗੀ। ਕਿਹੜੀ ਬਕਵਾਸ ਬੰਦ ਕਰਨੀ! ਮੈਨੂੰ ਧੱਕੇ ਦੇ ਕੇ ਹਵੇਲੀ ਤੋਂ ਬਾਹਰ ਕੱਢੇ। ਮੈਂ ਉਹਨਾਂ ਚਿਕਰ ਇੱਥੋਂ ਨਹੀਂ ਉਜਾਇਆ ਜਗੀਰਦਾਰਨੀ, ਜਿੰਨਾ ਚਿਕਰ ਤੂੰ ਮੇਰੇ ਜਿਗਰ ਦੇ ਟੁਕੜੇ ਦਾ ਪਤਾ ਨਹੀਂ ਦੱਸ ਦਿੰਦੀ। ਮੈਂ ਤੇਰੇ ਪੁੱਤਰ ਦਾ ਪਤਾ ਹੁਣ ਤੈਨੂੰ ਉਸ ਦਿਨ ਲੱਗੇਗਾ ਜਿਸ ਦਿਨ ਸੂਰਜ ਸਵਾਨੇ ਦੇ ਹੋਏਗਾ। ਤੇਰਾ ਹਾਲ ਤਾਰਾ ਕਿਵੇਂ ਕੀਤਾ? ਛੇਤੀ ਨਾਲ ਉਹਦਾ ਨਾਂ ਦੱਸ। ਜੇ ਉਹਦਾ ਅਸ਼ਰ ਤੇ ਸਮਾਂ ਤਾੜਾ ਨਾ ਕਰਾਂ ਤਾਂ ਮੈਂ ਤਾਰਾ ਗੁਜਰ ਨਾ। ਕੁਝ ਨਹੀਂ ਕਰ ਸਕਦਾ, ਸਭ ਕੁਛ ਤੂੰ ਰੱਬ ਦਾ ਵਾਸਤਾ ਬੁਝਾਉਣ ਤਾਲਾ ਬਾਅਦ ਛੇਤੀ ਤੋਂ ਕਿਹੜਾ ਕੀਤਾ ਨੀ? ਕਰਨੀਆਂ ਭਰਨੀਆਂ ਪੈ ਗਈਆਂ ਨੇ ਤਾਰਿਆ, ਤੂੰ ਤੇ ਕਾਨੂੰਨ ਦੀ ਉਹ ਕੈਦ ਕੱਟ ਕੇ ਆ ਗਿਆ ਨਾ। ਮੈਂ ਆਪਣੀ ਜ਼ਿੰਦਗੀ ਤੇਰੇ ਯਾਰ ਦੀ ਕੈਦ ਵਿੱਚ ਉਹਨਾਂ ਸੋਨਾਂ ਤੇ ਗੁਜ਼ਾਰ ਕੇ ਆਈ ਹਾਂ ਜਿਹਨਾਂ ਦੀ ਤੜਕ ਉਹ ਹੀ ਮਾਂ ਜਾਣ ਸਕਦੀ ਹੈ ਜਿਹਦੇ ਕੋਲ ਉਹਦਾ ਮਾਸੂਮ ਬੱਚਾ ਖੋ ਦਿੱਤਾ ਜਾਵੇ। ਇਹ ਕੀ ਪਈ ਕਹਿ ਰਹੀ ਹੈ ਸਾਡੇ? ਮੈਂ ਠੀਕ ਪਈ ਆਖਦੀ ਹਾਂ ਤਰਿਆ, ਤੂੰ ਜਿਹਨਾਂ ਲਈ ਇੱਕ ਮਾਂ ਦੇ ਜਿਗਰ ਦਾ ਟੁਕੜਾ ਖੋਇਆ ਤੇਰੇ ਉਹਨਾਂ ਸੱਜਣਾਂ ਨੇ ਮੈਥੋਂ ਤੇਰਾ ਪੁੱਤਰ ਜੰਮ ਦੇ ਖੋ ਕੇ ਬਸ ਕਰ ਸਕਦੇ, ਬਸ ਕਰ। ਦਾਰੇ ਦੀਆਂ ਅੱਖਾਂ ਤੋਂ ਜਰਾਨੇ ਦੀ ਪੱਟੀ ਲੱਤੀ ਹੈ ਤੇ ਪਤਾ ਲੱਗਾ ਮੈਂ ਤੇਰਾ ਵੀ ਗੁਨਾਹਗਾਰ ਤੇ ਉਸ ਬਾਅਦ ਆ ਵੀ ਜਿਹਦੇ ਕੋਲੋਂ ਝੂਠੇ ਯਾਰ ਦੇ ਕਹਿਣ ਤੇ ਮੈਂ ਉਹਦਾ ਪੁੱਤਰ ਖੋ ਲਿਆ ਸੀ। ਆਪਣੀ ਖੋਪੜੀ ਤੇ ਜ਼ੋਰ ਪਾ ਕੇ ਸੋਚ,
ਮੇਰਾ ਨਾਮ ਸਾਰਾ ਗੁੱਜਰ ਹੀ ਇਹ ਵਸੂਲੀ ਕਰਨਾ ਹੈ ਆਪਣੇ ਉਸ ਪੁੱਤਰ ਦੀ ਜਿਹੜਾ ਚੰਦੀ ਤੂੰ ਮੇਰੀ ਬੀਵੀ ਕੋਲੋਂ ਖੋਲਿਆ। ਤੇਰੀ ਬੀਵੀ ਝੂਠ ਬੋਲਦੀ ਹੈ, ਮੈਂ ਉਹਦੇ ਕੋਲੋਂ ਉਹਦੇ ਕਿਸੇ ਪੁੱਤਰ ਨੂੰ ਨਹੀਂ ਖੋਇਆ। ਸਿਰਫ ਆਪਣੇ ਖਾਮਨ ਤੇ ਬਣਾਏ ਕੈਦਖਾਨੇ ਚੋਂ ਉਹਨੂੰ ਆਜ਼ਾਦ ਕਰਨ ਦਾ ਚਰਮ ਜ਼ਰੂਰ ਕੀਤਾ। ਆਜ਼ਾਦ ਤੇ ਤੇਰੇ ਜ਼ੁਲਮਾਂ ਨੇ ਹੁਣ ਦੁਨੀਆਂ ਤੋਂ ਕਰ ਦਿੱਤਾ ਜ਼ਗੀਰਦਾਰਨੀ ਹੈ, ਜਿਹਦਾ ਹਿਸਾਬ ਦੇਣਾ ਹੁਣ ਤਨ ਮੁਸ਼ਕਲ ਪੈ ਜਾਏਗਾ। ਮੁਸ਼ਕਲ ਨੂੰ ਆਸਾਨ ਕਰਨਾ ਮੈਂ ਚੰਗੀ ਤਰ੍ਹਾਂ ਜਾਣਨੀ ਆ ਸਾਰਿਆ। ਤੂੰ ਆਪਣੇ ਅੰਧ ਵੇਖੇ ਪੁੱਤਰ ਨੂੰ ਭੁੱਲ ਕੇ ਵਾਪਸ ਸੋਚਾ। ਹੁਣ ਮੈਂ ਸ਼ੇਰ ਪੁੱਤਰ ਦੀ ਮਾਂ ਨਹੀਂ ਆ, ਜਿਹਦੀ ਗਰਜ ਸੁਣ ਕੇ ਤੇਰੇ ਦੇ ਜਿੱਤਰ ਪਹਿਲੇ ਛੱਤੇ ਨੱਸ ਜਾਂਦੇ ਨੇ। ਇਹ ਬੱਬਰ ਸ਼ੇਰ ਮੈਦਾਨ ਚੋਂ ਨੱਸਣ ਵਾਲਾ ਨੇ ਜਗੀਰਦਾਰ ਨੀ ਹੈ, ਜਿਹਨੇ ਤੇਰੇ ਖਸਮ ਦੇ ਕਹਿਣ ਤੇ ਆਪਣੇ ਜਿਗਰੀ ਯਾਰ ਹਾਕੂ ਚੱਕ ਦਾ ਸਿਰ ਲਾ ਦਿੱਤਾ ਸੀ। ਉਹਦੇ ਬਦਲੇ ਤੈਨੂੰ ਜਿੰਨੀ ਦੌਲਤ ਚਾਹੀਦੀ ਹੈ ਲੈਣਾ ਤਾਰਿਆ। ਉਹ ਦਾਰਾ ਤੇ ਜੇਲੋ ਬਾਹਰ ਪੈਰ ਧਰਦੇ ਮਰ ਗਿਆ ਸੀ ਜਗੀਰਦਾਰ ਨੀ ਹੈ, ਜਿਹੜਾ ਦੌਲਤਾਂ ਲਈ ਕਤਲ ਕਰਦਾ ਸੀ। ਹੁਣ ਤਾਰੇ ਗੁੱਜਰ ਨੂੰ ਤੇਰਾ ਪੌਦਾ ਪੁੱਤਰ ਚਾਹੀਦਾ ਜਗੀਰਦਾਰ ਨੀ ਹੈ, ਉਹਦਾ ਪੁੱਤਰ ਚਾਹੀਦਾ। ਪੁੱਤਰ ਨੂੰ ਲੱਭਦਿਆਂ ਲੱਭਦਿਆਂ ਕਿਤੇ ਮੇਰੇ ਪੁੱਤਰ ਦੇ ਸਵਾਸ ਹੀ ਆਪਣੇ ਜਹਾਨ ਨਾ ਟੁੱਟ ਜਾਈ। ਮੇਰੀ ਮਨ ਬੈਠਾਂਗਾ ਜਦੋਂ ਤੱਕ ਤੇਰੇ ਪੁੱਤਰ ਦਾ ਸਿਰ ਲਾ ਕੇ ਤੇਰੇ ਕਲੇਜੇ ਤੋਂ ਫੱਟ ਨਹੀਂ ਮਾਰ ਲੈਂਦਾ। ਤੇਰਾ ਫੱਟ ਤੂੰ ਮੈਥੋਂ ਮੇਰੇ ਪੁੱਤਰ ਨੂੰ ਵੱਖ ਕਰਕੇ ਮੇਰੇ ਕਲੇਜੇ ਵਿੱਚ ਮਾਰਿਆ। ਉਹਨਾਂ ਚਿਰ ਹੀਰੇ ਨੂੰ ਇਸ ਬਲਾ ਕੋਲੋਂ ਦੂਰ ਰੱਖੀ ਜਿੰਨਾ ਚਿਰ ਉਹ ਆਪਣੇ ਦੁਸ਼ਮਣ ਦੇ ਪਿੰਡ ਨਹੀਂ ਅੱਪੜ ਜਾਂਦਾ। ਹਵਾ ਚ ਗੋਲੀਆਂ ਚਲਾ ਕੇ ਕਿਤੇ ਤੇ ਆਪਣੀ ਜਿਦਾਰੀ ਦਾ ਰੋਹ ਪਾਉਣ ਲਈ ਆਇਆ। ਮੈਂ ਰੋਹ ਪਾਉਣ ਲਈ ਨਹੀਂ, ਆਪਣੇ ਆਪ ਤੇ ਕਤਲ ਦਾ ਮੁੱਦਾ ਪਾਉਣ ਲਈ ਆਇਆ ਮੁਟਿਆਰੇ। ਤੂੰ ਕਿਧਰੇ? ਹਾਂ ਹਾਂ, ਮੈਂ ਉਸ ਹਸ਼ਮਤ ਨੱਤ ਦਾ ਪੁੱਤਰ ਹਾਂ ਜਿਹਨੂੰ ਤੂੰ ਤੇ ਤੇਰੇ ਪੋਤਰੇ ਨੇ ਕਤਲ ਕਰਕੇ ਨੱਤਾਂ ਦੀ ਹਿੱਕ ਤੇ ਵੈਰ ਦਾ ਦੀਵਾ ਬਾਲਿਆ ਸੀ। ਵਾਸੀ ਨਹੀਂ, ਮੇਰੇ ਪੁੱਤਰ ਨੂੰ ਕਤਲ ਕਰਾ ਕੇ ਤੇਰੇ ਪਿਓ ਨੇ ਬਾਲਿਆ ਸੀ, ਜਿਹਨੂੰ ਅਸੀਂ ਅੱਜ ਤੋਂ 15 ਵਰੇ ਪਹਿਲੇ ਗੁੱਲ ਕਰ ਚੁੱਕੇ ਹਾਂ। ਤੁਸੀਂ ਗੁੱਲ ਕਰ ਚੁੱਕੇ ਹੋ ਤੇ ਮੈਂ ਉਹਨੂੰ ਬਾਲਣ ਆਇਆ। ਉਹਨੂੰ ਬਾਲਣ ਦਾ ਖਿਆਲ ਦਿਲ ਚੋਂ ਕੱਢ ਦੇ ਮੁੰਡਿਆ, ਇਸ ਲਈ ਜੇ ਹੁਣ ਉਹ ਬਲ ਪਿਆ ਤੇ ਰੱਬ ਦੀ ਸੌ ਦੇ ਚਾਨਣ ਵਿੱਚ ਨਾ ਹੀ ਕੋਈ ਨੱਤ ਨਜ਼ਰ ਆਏਗਾ ਤੇ ਨਾ ਹੀ ਕੋਈ ਝੱਟ ਰਵੇਗਾ। ਕੀ ਗੱਲ ਏ, ਉਹਨਾਂ ਸਾਰਿਆਂ ਨੇ ਲਾਮ ਤੇ ਤੁਰ ਜਾਣਾ ਹੈ ਬੁੱਢੀਏ। ਲਾਮ ਤੇ ਗਏ ਵਾਪਸ ਆ ਜਾਂਦੇ ਨੇ ਮੁੰਡਿਆ, ਪਰ ਵੈਰ ਦੇ ਬਾਰਡਰ ਤੇ ਗਿਆ ਕਦੇ ਕੋਈ ਵਾਪਸ ਨਹੀਂ ਆਇਆ। ਮੇਰੀ ਮਨ ਤੇ ਇੱਥੋਂ ਵਾਪਸ ਤੁਰ ਜਾ। ਇਸ ਲਈ ਅਸੀਂ ਦੋਵੇਂ ਦਾਦੀ ਪੋਤਰਾ ਤੇਰੇ ਪਿਓ ਦੀ ਕਤਲ ਵਿੱਚ ਦਿੱਤੀ ਹੋਈ ਕਾਨੂੰਨ ਦੀ ਸਜ਼ਾ ਕੱਟ ਰਹੇ ਹਾਂ। ਪਿਓ ਮੇਰਾ ਕਤਲ ਹੋਇਆ ਹੈ, ਮਾਂ ਮੇਰੀ ਬੇਵਾ ਹੋਈ ਏ, ਯਤੀਮ ਮੈਂ ਬਣਿਆ ਵਾਂ, ਬਣਾਉਣ ਵਾਲੇ ਤੁਸੀਂ, ਬਣਾਉਣ ਵਾਲਾ ਮੈਂ। ਕਾਨੂੰਨ ਵਿੱਚ ਤੂੰ ਸਿਰਫ ਇਹ ਦੱਸ ਕਿ ਪਹਿਲੇ ਆਪਣਾ ਸਿਰ ਲਵਾਣਾ ਹੀ ਕਿ ਪੋਤਰੇ ਦਾ ਸਿਰ ਲੈਂਦਾ ਵੇਖਣਾ। ਸਿਰ ਕਿਹਦਾ ਲੈਣਾ ਤੇ ਕਿੰਨੇ ਲਾਣਾ, ਇਹਦਾ ਪੇਟ ਤੇ ਮੇਰਾ ਸੋਹਣਾ ਰੱਬ ਜਾਣਦਾ ਮੁੰਡਿਆ। ਹਾਲੀ ਵੀ ਵੇਲਾ ਹੀ, ਦੁਸ਼ਮਣੀ ਦੇ ਉਸ ਫਾਟਕ ਨੂੰ ਨਾ ਖੋਲ ਜਿਹਨੂੰ ਅਸੀਂ ਹਮੇਸ਼ਾ ਲਈ ਜੰਦਰਾ ਲਾ ਬੈਠੇ ਹਾਂ। ਜੇ ਤੁਸੀਂ ਜੰਦਰਾ ਲਾ ਦਿੱਤਾ ਤੇ ਮੈਂ ਉਹਨੂੰ ਬੰਨ ਕਿਸੇ ਹੋਏ ਦੁਸ਼ਮਣਾ ਬੜੀ ਛੇਤੀ ਅੱਪੜ ਗਈ, ਨਹੀਂ ਤੇ ਮੈਂ ਆਪਣੇ ਪਿਓ ਹਸ਼ਮਤ ਕਤਲ ਦਾ ਬਦਲਾ ਲੈਣ ਲਈ ਇਸ ਬੁੱਧੀ ਦੀ ਚੱਦਰ ਦੇ ਨਾਲ ਇਹਦਾ ਸਿਰ ਵੀ ਉਹਨਾਂ ਚਿਰ ਹਵਾ ਵਿੱਚ ਤੰਗ ਛੱਡਣਾ ਸੀ ਜਿੰਨਾ ਚਿਰ ਤੂੰ ਇੱਥੇ ਨਹੀਂ ਸੀ ਅੱਪੜ। ਅੱਛਾ, ਤੇ ਤੂੰ ਹੈ ਉਸ ਹਸ਼ਮਤ ਦਾ ਪੁੱਤਰ ਜਿਹਦਾ ਮੈਂ ਬਚਪਨ ਵਿੱਚ ਬੁਰਜ ਉਲਟਾਇਆ।
कानून की हथकड़ी पालो थानेदार जी, नहीं तो इन्हों दोवों विचों एक ने कतल हो जाना जे तो दूजे ने फाए लग जाने। तुसी फिक्र ना करो मां जी, इन्हों कानून इनी हिम्मत नहीं देगा। मफरूर हीरा नाथे जिदी मैनू तलाश सी, पर इनू जख्मी किने कीता? मैनू ते कीता किराया मिल गया जनाब, साढ़े कोल इनू मैं लै आया वहां, ते तुसी इनू अस्पताल लै जाओ। कानून नू इहदी लोड़ है, मैनू इहदी जिंदगी दी।
ਓਏ ਮੇਰੇ ਦੁਸ਼ਮਣ ਨੂੰ ਥਾਣੇ ਬਚਾ ਕੇ ਕਲੇਜੇ ਠੰਡ ਪਾ ਲਈ ਬੁੱਢਿਆ। ਓ ਮੇਰੇ ਕਲੇਜੇ ਤੇ ਠੰਡ ਉਸ ਦਿਨ ਪੈ ਗਈ ਜਿਸ ਦਿਨ ਮੈਂ ਆਪਣੇ ਦੁਸ਼ਮਣ ਦਾ ਸਿਰ ਆਪਣੇ ਹੱਥਾਂ ਨਾਲ ਲਾਵਾਂਗਾ। ਹਾਲੀ ਤੇ ਉਹਨੂੰ ਥਾਣੇ ਪਹੁੰਚਾ ਕੇ ਤੈਨੂੰ ਸਿਰਫ ਬਰਫ ਵਿੱਚ ਲਾਇਆ ਤੇ ਜਾ ਹੁਣ ਤੂੰ ਇੱਥੇ ਕੀ ਖਲੋਤਾ ਕਰ ਰਿਹਾ। ਮੈਂ ਤੇਰੀ ਫਾਤਿਹਾ ਪੜ੍ਹਨ ਲਈ ਖਲੋਤਾ ਹੈ। ਓਏ ਹਾਲੇ ਮੇਰੇ ਮਰਨ ਦਾ ਦਿਨ ਬੜੀ ਦੂਰੀ ਪੁੱਤਰਾ, ਜਾ ਜਾ ਕੇ ਚਾਰ ਦਿਹਾੜੇ ਐਸ਼ ਕਰ, ਜ਼ਿੰਦਗੀ ਜਵਾਨੀਆਂ ਮਾਣੇ। ਜਦੋਂ ਮੇਰਾ ਵੇਲਾ ਆਇਆ ਨਾ ਤੇ ਤੈਨੂੰ ਵੀ ਚਿੱਠੀ ਪਾ ਦਿਆਂਗਾ। ਡਾਕਟਰ ਸਾਹਿਬ, ਮੇਰੇ ਜਿਸਮ ਦੇ ਖੂਨ ਦਾ ਇੱਕ ਇੱਕ ਕਤਰਾ ਨਚੋੜਨਾ, ਪਰ ਮੇਰੇ ਪੁੱਤਰ ਦੀ ਜ਼ਿੰਦਗੀ ਬਚਾਉਣਾ। ਮੈਂ ਤੁਹਾਨੂੰ ਇੱਕ ਵਾਰ ਨਹੀਂ 100 ਵਾਰ ਆਖ ਚੁੱਕੇ ਚੌਧਰਾਣੀ ਜੀ, ਤੁਹਾਡਾ ਖੂਨ ਤੁਹਾਡੇ ਪੁੱਤਰ ਦੇ ਗਰੁੱਪ ਦੇ ਖੂਨ ਦੇ ਨਾਲ ਨਹੀਂ ਮਿਲਦਾ ਤੇ ਨਾ ਹੀ ਇਸ ਵੇਲੇ ਇਸ ਹਸਪਤਾਲ 'ਚ ਇਸ ਗਰੁੱਪ ਦਾ ਖੂਨ ਮੌਜੂਦ ਹੈ। ਤੁਸੀਂ ਜਿੰਨੀ ਵੀ ਛੇਤੀ ਹੋ ਸਕੇ ਥਾਣੇਦਾਰ ਸਾਹਿਬ ਮੁਲਜ਼ਮ ਨੂੰ ਸ਼ਹਿਰ ਲੈ ਜਾਓ, ਜੇ ਇਹਦੀ ਵਧੀ ਹੋਈ ਤਾਂ ਜ਼ਰੂਰ ਬਚ ਜਾਏਗਾ। ਬਹੁਤ ਬਿਹਤਰ ਡਾਕਟਰ ਸਾਹਿਬ। ਸ਼ਹਿਰ ਜਾਣ ਦੀ ਕੀ ਲੋੜ ਹੈ ਥਾਣੇਦਾਰ ਜੀ, ਇਹਦੀ ਜਾਨ ਬਚਾਉਣ ਲਈ ਜਿਹੜੀਆਂ ਵੀ ਖੂਨ ਦੀਆਂ 10-20 ਬੋਤਲਾਂ ਚਾਹੀਦੀਆਂ ਮੇਰੇ ਜੁੱਤੇ ਚੋਂ ਕੱਢ ਲਓ। ਤੂੰ ਇੱਥੇ ਕੀ ਲੈਣ ਆਇਆ ਬਜ਼ੁਰਗਾ? ਮੈਂ ਇਹਨਾਂ ਦੇ ਖਾਨਦਾਨ ਦਾ ਪੁਰਾਣਾ ਮੁਲਾਜ਼ਮ ਹਾਂ ਥਾਣੇਦਾਰ ਜੀ, ਜੇ ਤੁਹਾਨੂੰ ਯਕੀਨ ਨਹੀਂ ਨਾ ਆਉਂਦਾ ਤੇ ਬਸ਼ੱਕ ਜਗੀਰਦਾਰ ਨਹੀਂ ਹੋਣਾ ਕੋਲ ਪੁੱਛ ਲਓ। ਠੀਕ ਪਿਆ ਕਹਿੰਦਾ ਥਾਣੇਦਾਰ ਸਾਹਿਬ, ਡਾਕਟਰ ਸਾਹਿਬ ਤੁਸੀਂ ਇਹਦਾ ਖੂਨ ਚੈੱਕ ਕਰਨ ਵਾਲੀ ਗੱਲ ਕਰੋ। ਡਾਕਟਰ ਸਾਹਿਬ ਇਹਦਾ ਖੂਨ ਮੇਰੇ ਪੁੱਤਰ ਦੇ ਖੂਨ ਨਾਲ ਜ਼ਰੂਰ ਮਿਲ ਜਾਏਗਾ, ਜ਼ਰੂਰ ਮਿਲ ਜਾਏਗਾ। ਚੁਦਰਾਣੀ ਜੀ, ਰੱਬ ਨੇ ਤੁਹਾਡੇ ਪੁੱਤਰ ਦੀ ਜਾਨ ਬਚਾ ਦਿੱਤੀ। ਚੁਦਰਾਣੀ ਨੂੰ ਮੁਬਾਰਕਾਂ ਕਾਹਦੀਆਂ ਪੈ ਦਿੰਦੇ ਹੋ ਡਾਕਟਰ ਸਾਹਿਬ? ਮੁਬਾਰਕ ਦੇਣੀ ਜੇ ਤਾਂ ਮੈਨੂੰ ਦਿਓ, ਇਹਦੇ ਪੁੱਤਰ ਦੀ ਜ਼ਿੰਦਗੀ ਦੀ ਲੋੜ ਸਭ ਤੋਂ ਜ਼ਿਆਦਾ ਮੈਨੂੰ ਸੀ। ਕਿਉਂ ਚੁਦਰਾਣੀ ਜੀ? ਇਸ ਦਿਸ ਤੋਂ ਤੈਨੂੰ ਕੁਛ ਨਹੀਂ ਲੱਭਣਾ ਦਾਰਿਆ, ਅਣਵੇਖੇ ਪੁੱਤਰ ਨੂੰ ਖਾਸ ਸਮਝ ਕੇ ਭੁੱਲ ਜਾ। ਮੈਂ ਤੈਨੂੰ ਆਪਣੇ ਪੁੱਤਰ ਦੇ ਸਿਰ ਸਦਕੇ ਇੰਨੀ ਕੁ ਦੌਲਤ ਦਿਆਂਗੀ ਇੰਤਕਾਮ ਲੈਣ ਲਈ ਉਹਦਾ ਸਿਰ ਨਾ ਅਪਲਾਵਾਂਗਾ। ਬੜਾ ਹੀ ਠੀਕ ਹੈ ਬਈ, ਪਿੱਛਾ ਹੀ ਨਹੀਂ ਛੱਡਦਾ। ਬਜ਼ੁਰਗਾ ਸੁਣਾ, ਮੇਰਾ ਦੁਸ਼ਮਣ ਜਿਉਂਦਾ ਕਿ ਮਰ ਗਿਆ? ਉਹ ਮਰਨਾ ਤੇ ਦੁਸ਼ਮਣ, ਮੈਂ ਉਹਨੂੰ ਆਪਣਾ ਖੂਨ ਪਿਆ ਕੇ ਬਚਾਇਆ, ਪਰ ਤੂੰ ਇੱਥੇ ਕੀ ਲੈਣ ਖਲੋਤਾ? ਮੈਂ ਆਪਣੇ ਦੁਸ਼ਮਣ ਦਾ ਜ਼ਰਾ ਹਾਲ ਚਾਲ ਪੁੱਛਣ ਲਈ ਖਲੋਤਾ ਆਵਾਂ, ਨਾਲੇ ਤੂੰ ਉਹਨੂੰ ਬਚਾ ਕੇ ਮੇਰੇ ਤੇ ਬੜਾ ਵੱਡਾ ਅਹਿਸਾਨ ਕੀਤਾ, ਮੰਗਾ ਖੂਨ ਦੀ ਕੀਮਤ ਕੀ ਮੰਗਣਾ? ਓਏ ਥਾਂ ਕਰ ਮੁੰਡਿਆ, ਤੇਰੇ ਕੋਲ ਹੈ ਕੀ ਜਿਹੜਾ ਤੂੰ ਮੈਨੂੰ ਦੇਣਾ? ਉਹ ਮੰਗ ਕੇ ਤੇ ਵੇਖ ਬਜ਼ੁਰਗਾ, ਜੱਟ ਤੇ ਆਪਣਾ ਇੰਤਕਾਮ ਵਿਆਹਣ ਲਈ ਆਪਣੀ ਜਾਨ ਵੀ ਕੁਰਬਾਨ ਕਰ ਦਿੰਦਾ। ਉਹ ਕਰ ਦਿੰਦਾ ਹੋਵੇਗਾ, ਜਾ ਜਾ ਕੇ ਆਪਣਾ ਕੰਮ ਕਰ, ਮੈਨੂੰ 2 ਘੜੀਆਂ ਆਰਾਮ ਕਰਨ ਦੇ। ਮੈਂ ਕਿਹੜਾ ਤੈਨੂੰ ਚੁੰਡੀਆਂ ਵੜ ਰਿਹਾ ਕਿ ਆਰਾਮ ਕਰਨ ਦਿਆਂ? ਮੇਰੇ ਵੱਲੋਂ ਤੂੰ ਭਾਵੇਂ ਸੌਂ ਜਾ। ਤਪਦੀ ਦੁਪਹਿਰ ਵਰਗੀ ਆਪਣੀ ਜਵਾਨੀ ਨੂੰ ਉਸ ਮੁਟਿਆਰ ਦੀਆਂ ਜ਼ੁਲਫਾਂ ਦੀ ਠੰਡੀ ਛਾਂ ਹੇਠ ਗੁਜ਼ਾਰ, ਜਿਹੜੀ ਬਚਪਨ ਤੋਂ ਲੈ ਕੇ ਹੁਣ ਤੱਕ ਸਿਰਫ ਤੇਰੇ ਹੀ ਖਾਬ ਪਈ ਵੇਖਦੀ ਹੈ। Thank you.
ਤੇਰੇ ਤੋਂ ਵੱਧ ਸਾਨੂੰ ਇਸ ਜਹਾਨ ਚ ਹੋਰ ਕੀ ਆ। ਮੈਨੂੰ ਬੁਲਾ ਦੇ ਪੁੱਤਰ।
मेरे को रहन दो क्यों नौकरी खतरे च पाउण डए इस बुजुर्ग जी का कोई ख्याल कर तुम चला दे देख दो अच्छा कोई साहब लेना साहब लेना पुलिस भाई जोर का सारा नेक काम कर सब खा मेरा पुत्र जी इतबार कर ही लेने देखना दादा जी जाना और पुत की गल है बड़े चटके खाउंदे आ खाए दादा जी ताडे पकौड़े मेरे चाव दा तब रोशन कर छड़े बड़े बड़े सब ले जा ओ चलिया किथे आ वालदारा बाबा जी पिछों आवाज नहीं मारी थी ओ वेखो मेनू बड़िया नाल प्यार करा के प्रस्थान दी सैर करवाउण चलिए जी दावत मैं चला जे मैं की खुआ दिते ही फुफड़ा ओए ते पकौड़े खा के आप पकौड़ा हो गया तेनु भी बर्फ च ला देना पुत्रा पहले पिछा मुड़ के ते वेख गाड़ी चलाने की गल कर रहा है ਉਹ ਬੁੱਢਾ ਕਿਤੇ ਫਿਰ ਸਾਡੇ ਪਿੱਛੇ ਨਾ ਚੱਲ ਪਵੇ ਅੱਛਾ ਜੀ ਦੁਸ਼ਮਣਾ ਮੌਤ ਨੂੰ ਸਾਹਮਣੇ ਵੇਖ ਕੇ ਕਿਧਰੇ ਨਬਜ਼ ਤੇ ਨਹੀਂ ਡੁੱਬਣ ਲੱਗ ਪਈ ਓਏ ਨਬਜ਼ ਕਿੱਦੀ ਡੁੱਬਣੀ ਹੈ ਤੇ ਕਦੋਂ ਡੁੱਬਣੀ ਹੈ ਤੇ ਉੱਪਰ ਵਾਲਾ ਹੀ ਜਾਣਦਾ ਪਰ ਤੂੰ ਮੈਨੂੰ ਪੁਲਿਸਾਂ ਦੇ ਖੌਫ ਤੋਂ ਕਿੰਨੀ ਕੁ ਦੂਰ ਲੈ ਜਾਣਾ ਪੁਲਿਸ ਦੇ ਖੌਫ ਤੋਂ ਨਹੀਂ ਦੁਸ਼ਮਣਾ ਉਸ ਬੁੱਢੇ ਦੇ ਖੌਫ ਤੋਂ ਤੈਨੂੰ ਦੂਰ ਲੈ ਕੇ ਜਾ ਰਿਹਾ ਵਾਂ ਜਿਹੜਾ ਤੇਰੀ ਤੇ ਮੇਰੀ ਦੁਸ਼ਮਣੀ ਨੂੰ ਚਿੱਚੜ ਬਣ ਕੇ ਚਮੜ ਗਿਆ ਓਏ ਉਹ ਬੁੱਢਾ ਕੋਈ ਰਾਕਟ ਤੇ ਨਹੀਂ ਜਿਹੜਾ ਚੁੱਪ ਚੁੱਪੀਤੀਆਂ ਤੇਰੇ ਤੇ ਮੇਰੇ ਉੱਤੇ ਆਣ ਡਿੱਗੇਗਾ ਮੇਰਾ ਖਿਆਲ ਹੈ ਝਟਪਟ ਫੈਸਲਾ ਕਰਨ ਲਈ ਇੱਥੇ ਹੀ ਕੋਈ ਥਾਂ ਲੱਭ ਲੈ ਗੱਡੀ ਇੱਥੇ ਰੋਕ ਲੈ ਡਰਾਈਵਰਾ ਓਏ ਸਾਨੂੰ ਇੱਥੇ ਲਾਹਣ ਤੋਂ ਬਾਅਦ ਇੱਥੋਂ ਨੱਸੇਗਾ ਤੇ ਜੇ ਤੂੰ ਜਾ ਕੇ ਕਿਸੇ ਨੂੰ ਇੱਥੇ ਦਾ ਪਤਾ ਦੱਸਿਆ ਤੇ ਤੇਰੇ ਸਾਹ ਮੁਕਾ ਦਿਆਂਗਾ ਚਲੋ ਹੇਠਾਂ ਉਤਰੋ ਆਪਣੇ ਉਸ ਬੁੱਢੇ ਨੂੰ ਤੇਰੇ ਮਗਰੋਂ ਲਾ ਹੀ ਦਿੱਤਾ ਬੇਟਾ ਆ ਜਾ ਓਏ ਕੀ ਬੁੱਢੇ ਬੁੱਢੇ ਦੀ ਤਸਵੀ ਫੇਰਨ ਲੱਗ ਪਿਆ ਮੈਂ ਤੇ ਦਸਾਂ ਵੀਆਂ ਜਵਾਨਾਂ ਨੂੰ ਵੀ ਕੁਝ ਨਹੀਂ ਸਮਝਦਾ ਉਸ ਬੁੱਢੇ ਨੇ ਸਾਨਾਂ ਦੀਆਂ ਟੱਕਰਾਂ ਵਿੱਚੋਂ ਕੀ ਲੈਣਾ ਤੇਰਾ ਸਿਰ ਲੜਾਈਓ ਨਥਾ ਬੜਾ ਹੀ ਬੇਮੁਰਸ਼ਦਾ ਲੱਗਾ ਮੇਰੇ ਪਿਓ ਦਿਆ ਯਾਰਾ ਪਹਿਲੇ ਮੇਰੇ ਪਿਓ ਦੇ ਇਸ ਕਤਲ ਕੋਲੋਂ ਬਦਲਾ ਲੈਣਾ ਚਾਹੁੰਦਾ ਸੀ ਔਰ ਇੱਥੇ ਮਗਰੋਂ ਲੈ ਕੇ ਮੇਰੇ ਸਿਰ ਦੇ ਪਿੱਛੇ ਪੈ ਗਿਆ ਤੇਰਾ ਪਿਓ ਯਾਰ ਨਹੀਂ ਸੀ ਯਾਰ ਮਾਰ ਸੀ ਜਿਹਨੇ ਮੇਰੀ ਬੇਗੁਨਾਹ ਬੀਵੀ ਨੂੰ ਕੈਦ ਵਿੱਚ ਸੁੱਟ ਦਿੱਤਾ ਸੀ ਤੇਰੀ ਮਾਂ ਔਰਤ ਨਹੀਂ ਔਰਤ ਨਾ ਤੇ ਕਾਲੇ ਜਿਹਨੇ ਮੇਰੀ ਬੀਵੀ ਕੋਲੋਂ ਮੇਰਾ ਪੁੱਤਰ ਖੋ ਲਿਆ ਸੀ ਇਹ ਕੀ ਕੁਫਰ ਦਾ ਤੁਲਨਾ ਬੁੱਢਿਆ ਸੱਚ ਦੇ ਸਿਵਾ ਹੋਰ ਕੁਝ ਨਹੀਂ ਆਖਿਆ ਮੈਨੂੰ ਤੇਰੀ ਮਾਂ ਨੇ ਮੇਰੇ ਪੁੱਤਰ ਦਾ ਪਤਾ ਨਹੀਂ ਦੱਸਿਆ ਹੁਣ ਤੇਰਾ ਨਿਸ਼ਾਨ ਇਸ ਦੁਨੀਆ ਤੋਂ ਮੈਂ ਮਿਟਾ ਦਿਆਂਗਾ ਓਏ ਮੇਰੇ ਹੁੰਦਿਆਂ ਤੇਰੀ ਮੁਰਾਦ ਪੂਰੀ ਨਹੀਂ ਹੋ ਸਕਦੀ ਬੁੱਢਿਆ ਮੇਰੇ ਰਸਤੇ ਚ ਅੱਡ ਜਾ ਓਏ ਨਹੀਂ ਤੇ ਤੂਫਾਨ ਤੈਨੂੰ ਇੱਕੋ ਉਲਾਰੇ ਨਾਲ ਜ਼ਮੀਨ ਤੇ ਸੁੱਟ ਦੇ ਗਈ ਓਏ ਪਰ ਮੈਨੂੰ ਵੀ ਤੇ ਦੱਸੋ ਹੁਣ ਬਣੇਗਾ ਕੀ ਬੁੱਢਾ ਮੈਨੂੰ ਮਾਰਨਾ ਚਾਹੁੰਦਾ ਮੈਂ ਤੈਨੂੰ ਮਾਰਨਾ ਚਾਹੁੰਦਾ ਤੂੰ ਮੈਨੂੰ ਮਾਰਨਾ ਚਾਹੁੰਦਾ ਨਾ ਮੈਂ ਮੰਨਾ ਨਾ ਤੂੰ ਮੰਨਾ ਨਾ ਬੁੱਢਾ ਮੰਨਦਾ ਹੁਣ ਫੈਸਲਾ ਕਿਵੇਂ ਹੋਵੇਗਾ ਘਬਰਾ ਨਾ ਨਤਾ ਇਹਦਾ ਨੁਸਖਾ ਮੇਰੇ ਕੋਲ ਬੜਾ ਚਲਾਕ ਨਿਕਲਿਆ ਹੋਇਆ ਬੁੱਢਿਆ ਇਹਦਾ ਮਤਲਬ ਇਹ ਵੇ ਕਿ ਇਹਦੇ ਵਾਸਤੇ ਤੂੰ ਤੇ ਮੈਂ ਟਾਸ ਕਰ ਲਈ ਮੈਨੂੰ ਮਨਜ਼ੂਰ ਹੈ ਚੰਗਾ ਫਿਰ ਠੀਕ ਹੈ ਇਹ ਵੇਖ ਸਸਤਾ ਤੇ ਆਸਾਨ ਨੁਸਖਾ ਜੇ ਤੂੰ ਜਿੱਤ ਗਿਆ ਤੇ ਇਸ ਦੁਸ਼ਮਣ ਨਾਲ ਤੂੰ ਲੜੇਗਾ ਤੇ ਜੇ ਮੈਂ ਜਿੱਤ ਗਿਆ ਇਨਸ਼ਾਅੱਲਾ ਜਿਹਦੀ ਮੈਨੂੰ ਉਮੀਦ ਹੈ ਤੇਰੇ ਇਸ ਦੁਸ਼ਮਣ ਨੂੰ ਮੈਂ ਮੁਕਾਵਾਂਗਾ ਬੋਲ ਚੰਨ ਕੇ ਤਾਰਾ ਚੰਨ
ਲੈ ਬਜ਼ੁਰਗਾ ਚੰਨ ਆ ਗਈ, ਹੁਣ ਤੇ ਤੈਨੂੰ ਕੋਈ ਇਤਰਾਜ਼ ਨਹੀਂ ਨਾ? ਓਏ ਇਤਰਾਜ਼ ਕਾਹਦਾ, ਜ਼ਬਾਨ ਕੀਤੀ ਏ। ਲੈ ਬਈ ਨਤਾ, ਕਿਧਰੇ ਇਸ ਜੱਟ ਕੋਲੋਂ ਕੰਡ ਲਵਾ ਕੇ ਤੇ ਗੁੱਜਰ ਦੀ ਆਸਾਂ ਦੇ ਪਾਣੀ ਨਾ ਫੇਰ ਦੇਈ। ਸ਼ਾਹ ਦੌਲਾ ਜਿਹਨੂੰ ਦੇ ਮੌਲਾ। ਲੈ ਬਈ ਬੁੱਢਿਆ, ਇਨਸਾਫ਼ ਦੀ ਕੁਰਸੀ ਤੇ ਮੁਨਸਿਫ ਬਣ ਕੇ ਬਹਿ ਜਾ, ਇਨਸਾਫ ਕਰਿਓ ਰੌਂਦ ਨਾ ਮਾਰੀ, ਔਰ ਜਾਂ ਫਿਰ ਤੇਰਾ ਰੱਬ ਰਾਖਾ। ਦਾਰਾ ਗੁੱਜਰ ਵੀ ਗਏ, ਜਿਹਨੇ ਖੂਨ ਦੇ ਕੇ ਹੀਰੇ ਦੀ ਜ਼ਿੰਦਗੀ ਬਚਾਈ। ਮੈਂ ਸਮਝ ਗਈ ਹਾਂ ਜਬਰੋ, ਓ ਪੁੱਤਾ, ਦਾਰਾ ਗੁੱਜਰ ਹੀ ਹੈ ਜ਼ਗੀਰਦਾਰ ਨਹੀਂ ਹੈ, ਜਿਹਨੇ ਤੇਰੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕੀਤਾ। ਉਹ ਕਿਉਂ ਜ਼ਗੀਰਦਾਰ ਨਹੀਂ ਹੈ? ਅੱਖਾਂ ਕੇ ਹਨੇਰਾ ਆਇਆ ਕਿ ਨਹੀਂ? ਜਗੀਰਦਾਰ ਨਹੀਂ ਹੈ, ਅੱਜ ਮਮਤਾ ਨੂੰ ਹੱਥ ਪਿਆ ਕਿ ਨਹੀਂ? ਤੈਨੂੰ ਕਿਹਾ ਸੀ ਨਾ, ਮੈਂ ਆਪਣੇ ਪੁੱਤਰ ਦੇ ਬਦਲੇ ਤੇਰੇ ਕੋਲੋਂ ਤੇਰਾ ਪੁੱਤਰ ਖੋ ਕੇ ਲੈ ਜਾਣੀ। ਅੱਜ ਤੇਰਾ ਪੁੱਤਰ ਮੇਰੀ ਕਹਿ ਦਿੱਤੀ, ਜੇ ਤੂੰ ਅੱਜ ਵੀ ਮੈਨੂੰ ਮੇਰੇ ਪੁੱਤਰ ਦਾ ਪਤਾ ਨਾ ਦੱਸਿਆ, ਤੇਰੇ ਪੁੱਤਰ ਦੀ ਲਾਸ਼ ਅੱਜ ਤੇਰੀ ਹਵੇਲੀ ਚੱਪੜ ਜਾਣੀ। ਹੋ ਘਰ ਜਾ ਤਾਰਿਆ, ਨਹੀਂ ਤਾਰਿਆ ਰੱਬ ਦਾ ਵਾਪਾ ਹੀ, ਇਹ ਜ਼ੁਲਮ ਨਾ ਕਰੀ। ਕੱਲ ਤੂੰ ਪਿੰਡ ਦੀ ਹੱਦ ਤੋਂ ਬਾਹਰ ਮੇਰੇ ਪੁੱਤਰ ਨੂੰ ਲੈ ਕੇ ਪਹੁੰਚ ਜਾ, ਤੇ ਮੈਂ ਤੇਰੇ ਨਾਲ ਵਾਅਦਾ ਕਰਨੀ ਆ, ਤੇਰੇ ਪੁੱਤਰ ਨੂੰ ਜ਼ਿੰਦਾ ਸਲਾਮਤ ਲੈ ਕੇ ਉੱਥੇ ਪੜ ਜਾਵਾਂਗੀ। ਮੇਰਾ ਪੁੱਤਰ ਜਿਉਂਦਾ। ਲੈ ਫਿਰ ਜ਼ਖੀਰਦਾਰ ਨਹੀਂ ਹੈ, ਇਹ ਬੁੱਢਾ ਪਿਓ ਆਪਣੇ ਪੁੱਤਰ ਦੀ ਜੁਦਾਈ ਦਾ ਫੱਟ ਇਕਰਾਰ ਲਈ ਹੋਰ ਸਹਿ ਲੈਗਾ। ਕੱਲ ਦਾ ਸੂਰਜ ਚੜੇ ਤੇ ਮੇਰੇ ਪੁੱਤਰ ਨੂੰ ਲੈ ਕੇ ਮੇਰੇ ਕੋਲ ਪਹੁੰਚੀ, ਨਹੀਂ ਤੇ ਤੇਰੇ ਪੁੱਤਰ ਦੀ ਲਾਸ਼ ਮੈਂ ਭੇਜ ਦਿਆਂਗਾ ਤੇ ਕਫਨ ਦਾ ਬੰਦੋਬਸਤ ਤੂੰ ਆਪ ਕਰ ਲਈ। ਜੇ ਅੱਜ ਤਕਦੀਰ ਨੇ ਤੇਰੀ ਬਾਂਹ ਫੜ ਲਈ ਹੈ ਤੇ ਫੇਰ ਕੀ ਹੋਇਆ ਤਾਰਿਆ? ਹਾਂ ਮਾਲਕਿਨ, ਛੇਤੀ ਨਾਲ ਮੇਰੇ ਖਾਮਨ ਤੇ ਦੋਸਤ ਸੰਗੇ ਕੋਲ ਪਹੁੰਚਾ। ਉਹ ਜੇਲੋਂ ਆ ਗਿਆ ਹੈ ਤੇ ਮੇਰੀ ਦੁਸ਼ਮਣ ਦੇ ਸਿਰ ਤੇ ਤੇਰਾ ਵੀ ਉਹ ਸਜਾਏਗਾ। ਜ਼ਰੂਰ ਸਜਾਵਾਂਗਾ ਚਦਰਾਣੀਏ, ਤੇ ਉਹ ਸਾਰੇ ਕੁੱਤੇ ਦਾ ਸਿਰ ਲਾ ਕੇ ਤੇਰੇ ਪੈਰਾਂ 'ਚ ਵੀ ਸੁੱਟ ਦਿਆਂਗਾ ਜਿਹੜਾ ਤੇਰੇ ਪੁੱਤਰ ਨੂੰ ਅਗਵਾਹ ਕਰਕੇ ਲੈ ਗਿਆ। ਪਰ ਇਹਦੇ ਬਦਲੇ 'ਚ ਮੈਨੂੰ ਕੀ ਮਿਲੇਗਾ? ਇਸ ਗੱਲ ਦਾ ਇੰਤਜ਼ਾਮ ਮੈਂ ਕਰ ਕੇ ਆਉਂਦਾ। ਇੰਨੇ ਥੋੜੇ ਨੋਟ ਵੇਖ ਕੇ ਇੰਝ ਲੱਗਦਾ ਚਦਰਾਣੀਏ ਜਿਵੇਂ ਹੀਰਾ ਤੇਰਾ ਆਪਣਾ ਪੁੱਤਰ ਨਹੀਂ। ਪੁੱਤਰ ਵੀ ਆਪਣਾ, ਜੋ ਵੀ ਜ਼ਿੰਦਗੀ ਬਚਾਉਣ ਲਈ ਤੈਨੂੰ ਮੋਹ ਮੰਗੀ ਕੀ ਨੌਕਰੀ ਜਾਗੀ? ਮੰਨ ਕਰਾਂਗੇ ਕੀ ਮੰਗਣਾ? ਸਾਰੀ ਆਜ਼ਾਦੀ ਤੇਰੇ ਸਾਲ ਦੇ ਕਹਿਣ ਤੇ ਚੇਰ ਕੱਟੀ ਹੈ, ਬਾਕੀ ਦੀ ਜ਼ਿੰਦਗੀ ਗੁਜ਼ਾਰਨ ਲਈ
चंगा की तो आप ही मेरे सामने आ गया बुढ़िया, नहीं तो तेन सारे जहान च लभना पैना सी। यह दस मेरा दुश्मन कितने छड़ आया? कब्रस्तान में छड़ आया। ओए की आख दिते बुढ़िया, मेरे दुश्मन नु कतल कर दिते। आहोए, मैं उन्हें कतल करन तो बाद कफन पा के ते कब्र ही दफन कराया, ते हुण ओहदे कुलां दा इंतजाम करन चलिया वां। हुण मेरे पिछे की लैणा है? सुनिया नहीं बुजुर्गा, दुश्मन मरे तो खुशी ना करिए, सजना भी मर जाना, इसलिए तो अपने दुश्मन दे कुलां दे तेरे नाल जाना चाहना वा। ओए अकल दा दारू पी ते जा जा के दादी दी छतर छावे जवानियां मान, और मेरे को तैनू कुछ नहीं लभना। सूड़े दी गिटंग वांगू चमन ही गया सी, रब का मसा ही मगरों लत्था है। किसी गल पे कर ले तारिया, तू छड़ ना गला नू ते जा जा के लस्सी का गिलास लिया। बैड़े नसल के जट ने चक्कर लुआ लुआ के त्रे ला दी। त्रे ते मैनू भी लगी पई है बुजुर्गा, एक दी थां ते दो गिलास मंगा ले। और तू इत्थे भी आ गया? ओए हुण तैनू छड़ के मैं जाना किथे वे? तू टे खूह जा, मेरा पिछा छड़ दे। और तेरा पिछा हूं किस तरह छड़ा बुजुर्गा? और दे जिथे तू उथे मैं। लस्सी का बंदोबस्त नहीं हो सकया दारिया, शरबत का बंदोबस्त कर आया। और फिर पहले पुराने नु दे पागला। मैं भी पुराने, मैं बाद में पी लांगा। और शुक्र है मेरा मालका, इस बुजुर्ग नु भी मेरा ख्याल आया, मेहरबानी भाई तेरी। ओ ख्याल से मैं तेरा चंगी तरह करांगा पुत्र, पहले तू अपनी त्रे बुझा ले। वाह जी वाह। मैं क्या, ओए शरबत ने तो मेरे चौबगी रोशन कर दी तेरे। ओने दस बुजुर्गा के सी दुश्मन वाल कदों चल रहा है? और दुश्मन वाल भी चले चलांगे पुत्र, पहले तू थोड़ी देर आराम कर ले, थकिया होया है। बड़ा सालम शब्द सी, मैं थोड़ी देर लग लै भी फजिया तेरे शरबत ने इस जट का बुरज उलटा के मेरिया सारिया मुश्किल हल कर दियां ने। हुण मैनू चदराणी नाल मिलन तो कोई नहीं रोक सकता, जिन्हें मैनू पहली बारी मेरे पुत्र की सूरत विखानी है। घबराना जगीरदार नहीं है, तेरा पुत्र भी हुणे अपड़ जांदा है। तू पहलो मैनू मेरे पुत्र की सूरत विखा, जिन्हू वेखण लई मेरियां अखां तरस गईयां ने। ओदे नाल भी तेरी मुलाकात करा देनी है दारिया, पहले मैं अपने पुत्र की झलक से वेख लवां। अपने खसम दियां पुरानियां चालां नू सारे तेन आजमा जगीरदार नहीं है, मैं तेनू तेरे पुत्र की शकल उदों तक नहीं विखानी जिन्ना चिर तू मैनू मेरे पुत्र नाल नहीं मिला देंदी। तेरा ओदा मिलाप ते हुण कब्रा छवेगा दारिया, जरा अपने पिछे मुड़ के ते वेख, मैं तेनू कब्रस्तान तोड़न दा बंदोबस्त करके आई हां। रंगिया तू ते पुरानी जान पछाण निकली आई है दारिया, फिर चौधराणी का पुत्र वापस कर दे, मैं तेनू कुछ नहीं आखांगा। मेरी राह का सपना बन लंघिया, नहीं तो मैं अपने पुत्र तक कपड़न लई तेनू भी अपने पैरों च बतौल के मार सकांगा। ओए रंगे नू मारन दा खाब वेखते वेखते कई कमर च टुर गए ने तारिया, हाली भी वेला ही चौधराणी का पुत्र वापस कर दे, नहीं तो तेनू भी धरती हेठ दबा देंगा।
ਇਹਦਾ ਪਤਾ ਤੇ ਤੈਨੂੰ ਹੁਣੇ ਲੱਗ ਜਾਂਦਾ ਰੰਗਿਆ। ਇਹਦੇ ਪੁੱਤਰ ਸਮੇਤ ਦੱਸੀ ਹੈ ਤੂੰ ਜਾਣਾ ਕਿ ਨਾ। ਬਚ ਗਿਆ ਮੇਰੇ ਕੋਲੋਂ ਨਹੀਂ ਬਚ ਸਕਦਾ ਬੁੱਢਿਆ। ਦੱਸੋ ਮੇਰਾ ਦੁਸ਼ਮਣ ਕਿੱਥੇ ਰਹੇ? ਤੈਨੂੰ ਕਿੰਨੀ ਵਾਰੀ ਕਿਹਾ ਹੈ ਉਹ ਤੇਰਾ ਨਹੀਂ ਮੇਰਾ ਦੁਸ਼ਮਣ ਹੈ। ਮੈਂ ਤੈਨੂੰ ਉਹਦੇ ਮੋਏ ਦਾ ਮੂੰਹ ਤੇ ਵਿਖਾ ਦਿਆਂਗੀ ਪਰ ਤੈਨੂੰ ਉਹਦਾ ਪਤਾ ਨਹੀਂ ਉੱਡਾ ਸਕਦਾ। ਤੈਨੂੰ ਦੱਸਣਾ ਪਵੇਗਾ ਭਾਵੇਂ ਤੇਰੀ ਲਾਸ਼ ਤੇ ਗੋਡਾ ਰੱਖ ਕੇ ਕਿਉਂ ਨਾ ਪੁੱਛਣਾ ਪਵੇਗਾ। ਦੱਸ ਮੇਰਾ ਦੁਸ਼ਮਣ ਕਿੱਥੇ ਨੇ? ਤੈਨੂੰ ਇੱਕ ਵਾਰੀ ਜਦ ਦੱਸ ਦਿੱਤਾ ਨਹੀਂ ਦੱਸਣਾ। ਐਵੇਂ ਮੁਫਤ ਚ ਮੌਤ ਨੂੰ ਆਵਾਜ਼ ਨਾ ਮਾਰਿਆ ਬੁੱਢਿਆ। ਦੱਸ ਮੇਰਾ ਦੁਸ਼ਮਣ ਕਿੱਥੇ ਨੇ? ਉਹ ਤੈਨੂੰ ਕਹਿ ਦਿੱਤਾ ਨਹੀਂ ਦੱਸਣਾ, ਨਹੀਂ ਦੱਸਣਾ। ਨਹੀਂ ਦੱਸਣਾ। ਇਲਾਕੇ ਨੂੰ ਘੇਰਾ ਪਾ ਲਓ ਤੇ ਥਾਂ ਥਾਂ ਛਾਣ ਮਾਰੋ। ਉਹ ਇੱਥੋਂ ਦੇ ਸਵਾ ਹੋਰ ਕਿਧਰੇ ਨਹੀਂ ਜਾ ਸਕਦਾ। ਇਹਦੀ ਜ਼ਿੰਦਗੀ ਨੂੰ ਕੋਈ ਖਤਰਾ ਤੇ ਨਹੀਂ? ਘਬਰਾਉਣ ਵਾਲੀ ਕੋਈ ਗੱਲ ਨਹੀਂ। ਮੈਂ ਇਹਨੂੰ ਮਰਨ ਪੱਟੀ ਤੋਂ ਬਾਅਦ ਬੇਹੋਸ਼ੀ ਦਾ ਇੰਜੈਕਸ਼ਨ ਲਾ ਦਿੱਤਾ ਹੈ। ਹੁਣ ਜਿਸ ਵੇਲੇ ਹੋਸ਼ ਵਿੱਚ ਆ ਗਿਆ ਇਹਨੂੰ ਇਹ ਦਵਾਈ ਪਿਆ ਦੇਵਾਂ, ਇਨਸ਼ਾਅੱਲਾ ਠੀਕ ਹੋ ਜਾਵੇਗਾ। ਮੁਸਲਮਾਨ ਦੀ ਪਨਾਹ ਚੋਦੀ ਹਿਫਾਜ਼ਤ ਕਰਨਾ ਮੇਰਾ ਫਰਜ਼। ਓਏ ਫਰਜ਼ਾਂ ਫੁਰਜ਼ਾਂ ਦੇ ਚੱਕਰ ਚ ਨਾ ਪੈ, ਛੇਤੀ ਨਾਲ ਉਹਨੂੰ ਮੇਰੇ ਹਵਾਲੇ ਕਰ ਦੇ। ਕਿਧਰਿਆਂ ਦੀ ਮੌਤ ਤੋਂ ਪਹਿਲੇ ਮੈਨੂੰ ਤੇਰਾ ਗਾਟਾ ਨਾ ਲਾਉਣਾ ਪੈ ਜਾਏ। ਇਹਦਾ ਸ਼ਰਫ ਸਿਰਫ ਮੈਨੂੰ ਰੱਬ ਨੇ ਉਦੋਂ ਦਾ ਬਖਸ਼ਿਆ ਰੰਗਿਆ ਜਦੋਂ ਦਾ ਮੈਂ ਇਸ ਇਲਾਕੇ ਦੇ ਜਾਗੀਰਦਾਰ ਹਸ਼ਮਤ ਨੂੰ ਕਤਲ ਕੀਤਾ। ਤੂੰ ਹਾਕੂ ਜੱਟ ਦਾ ਪੁੱਤਰ ਹੈ? ਆਹੋ, ਮੈਂ ਉਸੇ ਹਾਕੂ ਜੱਟ ਦਾ ਪੁੱਤਰ ਹਾਂ ਜਿਹਨੇ ਹੱਕ ਸੱਚ ਦੀ ਰਾਹ ਤੇ ਸ਼ਹਾਦਤ ਦਾ ਜਾਮ ਪੀਤਾ ਸੀ। ਓਏ ਜੇ ਗੱਲ ਜੱਟਾਂ ਤੇ ਫਿਰ ਪਾਸੇ ਹੋ ਕੇ ਖਲੋ ਜਾਏ ਤੇ ਆਪਣੇ ਪਿਓ ਦੇ ਕਾਤਲ ਦੀ ਜਾਨ ਬਚਾਉਣ ਲਈ ਆਪਣੀ ਜ਼ਿੰਦਗੀ ਨੂੰ ਦਾਅ ਤੇ ਨਾ ਲਾਏ। ਪਿਓ ਦਾ ਕਾਤਲ? ਹਾਏ, ਤੇਰੇ ਪਿਓ ਦਾ ਕਾਤਲ ਉਹ ਤਾਰਾ ਗੁਜਰ ਹੈ ਜਿਹੜਾ ਇਸ ਵੇਲੇ ਤੇਰੇ ਘਰ ਚ। ਸੱਚੇ ਰੰਗਿਆ ਕਿਉਂ ਮੇਰੇ ਪਿਓ ਦਾ ਕਾਤਲ ਹੈ ਤੇ ਫਿਰ ਆਉਣ ਦੀ ਹਿਫਾਜ਼ਤ ਕਰਨਾ ਮੇਰਾ ਪੂਰਾ ਫਰਜ਼ ਹੋ ਗਿਆ। ਇਹਨੂੰ ਵਿੰਨ ਕੇ ਰੱਖ ਦਿਓ। ਹੋਏ Thank you.
ਹੁਣ ਤੁਸੀਂ ਆਪਣੇ ਕਾਨੂੰਨ ਦੇ ਹੱਥਾਂ 'ਚ ਇਹੋ ਜਿਹੇ ਸੰਗਲ ਪਾਓ ਕਿ ਮੁੜ ਕੇ ਉਹਨਾਂ ਨੂੰ ਤੋੜ ਨਾ ਸਕੇ। ਮੈਂ ਤੇਰੇ ਬੇਗੁਨਾਹ ਪੁੱਤਰ ਤੇ ਆਪਣੇ ਯਾਰ ਦਾ ਕਾਤਲ ਜ਼ਰੂਰ ਆ ਪੈਣਾ, ਪਰ ਇਹ ਜਨਮ ਤੋਂ ਵੱਧ ਸਦਾ ਜ਼ਿੰਦਗੀ ਦੇ ਹਰ ਸਾਹ ਨਾਲ ਪਿਆ ਕੱਟਣਾ। ਤੇਰੇ ਵਰਗੇ ਖੂਨੀ ਦੇ ਮੂੰਹ 'ਚ ਇਹ ਗੱਲ ਸੁਣ ਕੇ ਮੈਨੂੰ ਯਕੀਨ ਤੇ ਨਹੀਂ ਆਇਆ ਦਾਰਿਆ, ਪਰ ਇੱਕ ਗੱਲ ਮੈਨੂੰ ਜ਼ਰੂਰ ਦੱਸ ਵੇ, ਤੇਰੇ ਵਰਗੇ ਕਾਤਲ ਕਤਲ ਕਰਕੇ ਟੁੱਟ ਜਾਂਦੇ ਨੇ ਤੇ ਇਹ ਕਿਉਂ ਨਹੀਂ ਸੋਚਦੇ ਕਿ ਜਿੰਨਾ ਮਾਵਾਂ ਦੇ ਪੁੱਤਰ ਖੋਂਦੇ ਨੇ ਉਹਨਾਂ ਮਾਵਾਂ ਦਾ ਕਲੇਜਾ ਪਾੜ ਜਾਂਦੇ। ਮੈਂ ਇਸ ਪੀੜ ਤੋਂ ਚੰਗੀ ਤਰ੍ਹਾਂ ਵਾਕਫ ਹਾਂ ਪਹਿਲਾਂ, ਇਸੇ ਲਈ ਤੇ ਮੈਂ ਵੀ ਪੁੱਤਰ ਦੀ ਜੁਦਾਈ ਦਾ ਫਰਜ਼ ਸੀਨੇ ਤੇ ਲਈ ਫਿਰਨਾ। ਇਹ ਤੂੰ ਕੀ ਕਹਿ ਰਹੀ ਹੈ ਦਾਰਿਆ? ਜਿਨ੍ਹਾਂ ਦੇ ਕਹਿਣ ਤੇ ਮੈਂ ਤੇਰੇ ਘਰ ਦਾ ਕਾਨੂੰਨ ਖੋਇਆ ਸੀ ਪਹਿਲਾਂ, ਉਹਨਾਂ ਨੇ ਮੇਰੀ ਬੀਵੀ ਕੋਲੋਂ ਮੇਰਾ ਪੁੱਤਰ ਖੋ ਕੇ ਮੇਰੀ ਦੁਨੀਆ ਹਨੇਰ ਕਰ ਦਿੱਤੀ ਤੇ ਉਸੇ ਹਨੇਰੇ ਵਿੱਚ ਠੇਠੇ ਖਾਂਦਾ ਇੱਥੋਂ ਤੱਕ ਪੜ ਗਿਆ ਵਾ। ਜੇ ਯਕੀਨ ਨਹੀਂ ਹੋਇਆ ਤੇ ਫਿਰ ਮੈਂ ਚੁਕਾ ਦੇਣਾ ਵਾ, ਇਹਨੂੰ ਤਰ ਤੋਂ ਵਕਤ ਤੂੰ ਕਰ ਦੇ, ਮੇਰੇ ਗੁਨਾਹਾਂ ਦਾ ਕਫਾਰਾ ਵੀ ਅਦਾ ਹੋ ਜਾਏਗਾ ਤੇ ਤੇਰੇ ਕਲੇਜੇ ਵੀ ਠੰਡ ਪੈ ਜਾਏਗਾ। ਮੋਇਆਂ ਨੂੰ ਮਾਰਨਾ ਸਾਡੀ ਸ਼ਾਨ ਨਹੀਂ ਤਾਰਿਆ, ਤੇ ਰੱਬ ਨੇ ਤੈਨੂੰ ਮੇਰੇ ਵਰਗਾ ਕਰ ਹੀ ਦਿੱਤਾ ਤੇ ਫਿਰ ਚਾਹ ਅਸੀਂ ਤੈਨੂੰ ਆਪਣੇ ਪੁੱਤਰ ਦਾ ਕਤਲ ਮਾਫ ਕੀਤਾ। ਤਾਰਿਆ ਮੇਰਾ ਪੋਤਰਾ ਆ ਗਿਆ। ਦਾਦੀ ਤੂੰ ਮੇਰੇ ਰਸਤੇ ਦੀ ਕੱਲ ਕਿਉਂ ਮਰ ਗਈ ਹੈ? ਇਸ ਕਮਰੇ ਚ ਮੇਰੇ ਪਿਓ ਦਾ ਕਾਤਲ ਤਾਰਾ, ਜਿਹਨੂੰ ਅੱਜ ਮੈਂ ਤੇਰੀ ਅੱਖਾਂ ਦੇ ਸਾਹਮਣੇ ਕਤਲ ਕਰਕੇ ਆਪਣਾ ਇੰਤਕਾਮ ਪੂਰਾ ਕਰਨਾ ਹੈ, ਜਿਹੜਾ ਤੇਰੇ ਪੁੱਤਰ ਤੇ ਮੇਰੇ ਪਿਓ ਦੇ ਕਤਲ ਤੋਂ ਸ਼ੁਰੂ ਹੋਇਆ ਸੀ ਤੇ ਫਿਰ ਇਹਦੀ ਹਿਫਾਜ਼ਤ ਕਰਨਾ ਮੇਰਾ ਫਰਜ਼ ਹੈ ਦਰਿਆ, ਇਸ ਲਈ ਕਿ ਤਾਰਾ ਉਸ ਕਤਲ ਵਿੱਚ ਕਾਨੂੰਨ ਦੀ ਦਿੱਤੀ ਹੋਈ ਸਜ਼ਾ ਉਸੇ ਤਰ੍ਹਾਂ ਕਰ ਚੁੱਕਿਆ ਜਿਵੇਂ ਤੂੰ ਤੇ ਮੈਂ ਹਸ਼ਮਤ ਦੇ ਕਤਲ ਵਿੱਚ ਕਰ ਚੁੱਕੇ ਹਾਂ। ਹੁਣ ਦਾਦੀ ਤੈਨੂੰ ਹੁਕਮ ਦਿੰਦੀ ਹੈ ਕਿ ਤੂੰ ਇਹਨੂੰ ਕਤਲ ਨਹੀਂ ਕਰੇਗਾ। ਕੀ ਕਹਿ ਰਹੀ ਹੈ ਦਾਦੀ? ਮੈਂ ਠੀਕ ਵੀ ਆਖਣੀ ਹੈ ਦਰਿਆ, ਉਹਨੇ ਤੇ ਹਸ਼ਮਤ ਦੇ ਕਹਿਣ ਤੇ ਤੇਰੇ ਕੋਲੋਂ ਪਿਓ ਤੇ ਮੇਰੇ ਕੋਲੋਂ ਮੇਰਾ ਪੁੱਤਰ ਖੋ ਲਿਆ ਸੀ, ਪਰ ਰੱਬ ਨੇ ਉਹਦਾ ਪੁੱਤਰ ਖੋ ਕੇ ਉਹਨੂੰ ਇੰਨੀ ਕੁ ਵੱਡੀ ਸਜ਼ਾ ਸੁਣਾ ਦਿੱਤੀ ਹੈ ਤੇ ਵੀ ਉਹਦੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਨਹੀਂ ਮੁੱਕ ਸਕਦੀ। ਜਾਵੇ ਹਾਰ ਕੇ ਲੈਣਾ ਪਾਵੇਂ ਮੇਰੀ ਜਾਨ।
तेरे बगैर नहीं हूँ जीना, जिसका करार तू है मेरा ते प्यार तू है दिल मेरा तोड़ी कभी ना, तेरे बगैर नहीं हूँ जीना। तवरिया हाथ विच टकवा, किधरे मेरी मां ने तेरे पुत्र दा दीवा गुल करके तेरी जिंदगी नू हमेशा ली अनेर ते नहीं कर दिता। आहोए ओसे अनेर विच चानन करन लई अज मैं तेरी रत दा इहो जिहा दीवा बालांगा जिन्नू वेख के फेर कदी कोई भी नसनी किसे दा पुत्र नहीं खोवेगी। पुत्र 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 दी रट शुरू कर दिती हूं बुढ़िया, पता नहीं क्यों मेरा दिल तेरे ते हाथ चुकन नू नहीं करता, नहीं ते हुण तक तेरा कफन मैला ते तेरी कबर पुरानी भी हो गई होंदी। अली भी वैला ही होए बुढ़िया, इस तूफान नू अपने इंतकाम तक कपड़न तो ना डक गए ना डक, नहीं तो एक कोई झटके नाल तेनू तहस नहस कर दिया का। पुत्तर दे विछोड़े ने मैनू इंतकाम दा पहाड़ बना दिता ही नका, जिदे नाल तू टकरा के अज पाश पाश हो जाएगा। राजा बुटिया बाज राजा, मैं तेनू किन्नी बारी किया और मेरा दिल तेरे ते हाथ चुकन नहीं करता नहीं करता। ए, तेरा जी नहीं करता पर मेरा से करता ना, मैं तेरा अद तक पिछा नहीं छना जब तक मैं तेरा कहता ला के तेरी मां का नहीं छा। फरिश्ता खेर कर के उत्थे ले आया वे जिथे तेनू मेरे हथों बचाने लई ना कोई बंदा ते ना ही बंदे दी जात ही होए। तेरियां अखां दे चानण नू की बन गईयां ने जट्टा, नत्त नू सामने वेख के तेनू किधरे अंदराता ते नहीं हो गया। ओ जिन्नू इस चिट्टे दिन ओ बुट्टा जिन नजर नहीं हो पिया आंदा जिहड़ा तूफान बन के मेरे मगर चढ़िया होया। पासे हो जा जटा, अज इस तूफान नू टकना तेरे वास नहीं, जिन्हें इको चक्के ना सिर ना के नाल लै जाना। ओए मेरे हथा च पिया मेरी ताजी दे हुक्म दा संगल ना तोड़ बुजुर्गा, जे संगल टुट गया ते फिर तेनू मेरे कोलों अपना सिर बचाना मुश्किल हो जाएगा। ओए
मेरी मने दे दे सिरलां दा ख्याल अपने दिल च कर दे किवें कर दिया चट्टा गुजर ते नत दे सिर नाल इश्क करदा ए दे इश्क दी मंजिल पाण लई मैनू अपना सिर भी देना पिया ते दे देंगा तेरे ते हाथ चुकना नहीं बुढ़िया ते तू मेरा पीछा छड़ना नहीं ते मैं एदा पीछा नहीं छड़ना ओए ते वेला दसेगा के मैं तेरा पीछा छड़ना कि तू मेरा पीछा नहीं छड़ना पहला ए देला ते मकू ठपिए ओए आ तेनू ए बला ते मगरा लठ गई हूं तू तगड़ा हो जा ओए बला ते मगरों लै गई है पर हुण मैं तेरा सिर ला के जब तक अपनी दादी दे पैर च सुटांगा तेरे मगरों नहीं लवांगा ओए यार दा दीवाना मेरा इश्क यार दा दीवाना मैं लपना वा ओ लुकदाए मैं लपना वा ओ लुकदाए पढ़ पढ़ के पैंदा बेगाना मेरा इश्क यार दा दीवाना मेरा इश्क यार दा दीवाना मेरा इश्क यार दा दीवाना
पत्थर जग मारे वो डोलते नहीं वो बोलते नहीं लगा
बसे रे आशिक दल दल अंदर इश्क रोल गाए 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 कभी मस्त बना के कभी तन नू तिली ला के इश्क रोल गाए इश्क रोल गाए इश्क रोल गाए इश्क दे एन इश्क दे दंगे जेड़े चीरन परे समुंदर चीरन परे समुंदर बादल फड़न शबादा वांदर बादल फड़न शबादा वांदर इश्क जिना दे अंदर इश्क बोल गाए इश्क बोल गाए दीवार भी है तलवार भी है पहाड़ भी है तलवार भी है पहाड़ भी है मैं कट्टा का पहाड़ लूं मैं कट्टा का पहाड़ लूं मैं तोड़ा का तलवार लूं मैं तोड़ा का तलवार लूं मैं कट्टा का पहाड़ लूं मैं तोड़ा का तलवार लूं मैं काटे अंगा दीवार लूं इश्क बोलता है इश्क रोलता है इश्क बोलता है इश्क रोलता है
ਸੁਣ ਦੀ ਤਮੀਲ ਕਰ ਦਿੱਤੀ ਹੈ। ਉਹ ਇਹਦਾ ਮਲਬਾ ਚਾਹੁੰਦਾ ਬੰਦੋਬਸਤ ਤੋਂ ਆਪ ਕਰ ਲੈ। ਹੁਣ ਮੈਂ ਚੱਲਿਆ ਉਸ ਜੱਟ ਵੱਲ ਜਿਹਨੇ ਤੈਨੂੰ ਸੇਵਾ ਤੇ ਮੈਨੂੰ ਯਕੀਨ ਕੀਤਾ ਸੀ। ਸੂਰਜ ਡੁੱਬਣ ਤੋਂ ਪਹਿਲੇ ਪਹਿਲੇ ਮੈਂ ਉਹਦਾ ਸਿਰ ਲਿਆ ਕੇ ਤੇਰੇ ਕਦਮਾਂ ਵਿੱਚ ਸੁੱਟ ਦਿਆਂਗਾ। ਹਲੀ ਤੱਕ ਕਿਤੇ ਸਾਂ ਹੀ ਟੁੱਟੇ ਚੌਧਿਆਣੀ ਜੀ, ਹੁਕਮ ਹੋਏ ਤੈਨੂੰ ਅਗਲੇ ਜਾਨ ਪਹੁੰਚਾ ਦਿਓ। ਨਹੀਂ ਜਬਰੂ, ਤੈਨੂੰ ਇਹਦੇ ਹਾਲ ਤੇ ਛੱਡ ਦੇ ਤੇ ਜਾ ਕੇ ਆਸੇ ਪਾਸੇ ਦੇ ਪਿੰਡਾਂ 'ਚ ਐਲਾਨ ਕਰ ਦੇ ਕਿ ਕੱਲ ਜਸ਼ਨ ਤੇ ਹੁਣ ਅਸੀਂ ਆਪਣੇ ਜਿੱਤ ਆਪ ਮਨਾਵਾਂਗੇ ਸਤਰਾਣੀਏ। ਤੂੰ ਤੇ ਸਾਡੀ ਜ਼ਮਾਨਤ ਵੀ ਨਹੀਂ ਕਰਾਈ, ਪਰ ਅਸੀਂ ਕਾਨੂੰਨ ਦੇ ਸੰਗਲ ਤੋੜ ਕੇ ਆਪਣਾ ਹੱਕ ਵਸੂਲ ਕਰਨ ਲਈ ਆਪ ਆ ਗਿਆ। ਵਸੂਲ ਨਹੀਂ ਕਰੇਗਾ ਰੰਗਿਆ, ਤੇਰੇ ਨਾਲ ਕੀਤਾ ਹੋਇਆ ਵਾਅਦਾ ਮੈਂ ਆਪ ਪੂਰਾ ਕਰਾਂਗੀ। ਜ਼ਰਾ ਮੇਰੇ ਬੱਬਰ ਸ਼ੇਰ ਨੂੰ ਦੁਸ਼ਮਣ ਦਾ ਸਿਰ ਲਾ ਕੇ ਹਵੇਲੀ ਵਾਪਸ ਪਿਆ ਲੈਂਦੇ। ਉਹ ਦੁਸ਼ਮਣ ਦਾ ਸਿਰ ਲਾ ਕੇ ਵਾਪਸ ਨਹੀਂ ਆਇਆ, ਤੇ ਇਸ ਹਵੇਲੀ ਦਾ ਵਾਰਸ ਬਣਨ ਵਾਸਤੇ ਮੈਂ ਉਹਦਾ ਸਿਰ ਆਪਣੇ ਹੱਥਾਂ ਨਾਲ ਲਾ ਦਿਆਂਗਾ। ਰੱਬ ਦਾ ਸ਼ੁਕਰ ਕਰਵੇ ਉਹ ਇਸ ਵੇਲੇ ਇੱਥੇ ਨਹੀਂ ਖਲੋਤਾ ਹੋਇਆ, ਨਹੀਂ ਤਾਂ ਮੈਂ ਤੇਰਾ ਸਿਰ ਲਾ ਕੇ ਮੇਰੇ ਪੈਰ ਤਾਂ ਦੇਣਾ ਸੀ। ਉਹ ਵੇਲਾ ਹੁਣ ਤੋਂ ਪਹਿਲਾਂ ਮੈਂ ਇੱਥੇ ਮੌਤ ਦੀ ਇਹੋ ਜਿਹੀ ਖੇਡ ਖੇਡਾਂਗਾ। ਹਾਏ ਡਾਕੂਆ, ਸਾਰੀ ਜ਼ਿੰਦਗੀ ਚੌਧਰਾਣੀ ਦੇ ਘਰ ਦਾ ਨਮਕ ਖਾਦਾ, ਮੈਂ ਦੇਸ਼ ਦੀ ਹਰ ਗੱਲ ਤੇ ਪਹਿਰਾ ਦਿੱਤਾ, ਅੱਜ ਦੀ ਖਾਤਰ ਮੈਂ ਆਪਣੀ ਜ਼ਿੰਦਗੀ ਦਾ ਹਰ ਸਾ ਕੁਰਬਾਨ ਕਰ ਦਿਆਂਗਾ। ਹਾਏ ਪਰ ਤੇਰੇ ਹੱਥੋਂ ਚੌਧਰਾਣੀ ਨੂੰ ਨਹੀਂ ਮਰਨ ਦਿਆਂਗਾ, ਨਹੀਂ ਮਰਨ ਦਿਆਂਗਾ। ਜੇ ਤੈਨੂੰ ਮਰਨ ਦਾ ਐਡਾ ਹੀ ਚਾਹੇ ਤੇ ਫਿਰ ਮੈਂ ਵੀ ਤੈਨੂੰ ਮਾਯੂਸ ਨਹੀਂ ਕਰਾਂਗਾ। ਰੰਗਿਆ, ਤੂੰ ਗੋਲੀ ਮੇਰੇ ਵਫ਼ਾਦਾਰ ਨੌਕਰ ਨੂੰ ਨਹੀਂ ਮੇਰੀ ਹਿੱਕ ਵਿੱਚ ਮਾਰੀ ਏ। ਜਾਵਾਂ ਤੇ ਤੇਰੀ ਹਿੱਕ ਨੂੰ ਗੋਲੀਆਂ ਨਾਲ ਛਾਨਣੀ ਵੀ ਕਰ ਸਕਦਾ ਵਾਂ, ਪਰ ਨਹੀਂ, ਮੈਂ ਤੈਨੂੰ ਇਸ ਤਰ੍ਹਾਂ ਸਾੜ ਕੇ ਸਵਾਹ ਕਰਾਂਗਾ ਕਿ ਕਾਨੂੰਨ ਨੂੰ ਤੇਰੀ ਲਾਸ਼ ਤੇ ਦੁਨੀਆਂ ਨੂੰ ਤੇਰੀ ਕਬਰ ਦਾ ਨਿਸ਼ਾਨ ਵੀ ਨਹੀਂ ਮਿਲੇਗਾ। ਆਖਰੀ ਦਿਨ ਆ ਗਏ ਤੇ ਇਹ ਉਹ ਵੇਲਾ ਇਸ ਵੇਲੇ ਬੜੇ ਬੜੇ ਸਾਲਮ ਤੇ ਫਰਾਉਂਦੇ ਕੰਨਾਂ ਨੂੰ ਹੱਥ ਲਾ ਕੇ ਅਸਤਖਾਰ ਪੜਨ ਲੱਗ ਪੈਂਦੇ ਨੇ, ਅਸਤਖਾਰ ਪੜਨ ਲੱਗ ਪੈਂਦੇ ਨੇ। ਤੋਬਾ ਦਾ ਦਰਵਾਜ਼ਾ ਸਿਰਫ ਇੱਕ ਕੜੀ ਦੇ ਖੁਲਾਈ ਤਾਂ ਮੈਂ ਤੇ ਦੁਨੀਆਂ ਤੋਂ ਸੁਰਖਰੂ ਹੋ ਕੇ ਜਾ ਸਕਦੀ ਹਾਂ, ਸੁਰਖਰੂ ਹੋ ਕੇ ਜਾ ਸਕਦੀ ਹਾਂ, ਸੁਰਖਰੂ ਹੋ ਕੇ ਜਾ ਸਕਦੀ ਹਾਂ। ਦੁਨੀਆਂ ਤੇ ਤੇਰੀ ਬਰਬਾਦ ਹੋਈ ਗਈ ਹੈ, ਆਪਣੀ ਆਕਬਤ ਤੇ ਬਚਾਉਣਾ ਹੈ, ਔਰਤ ਦੇ ਨਾਂ ਨੂੰ ਲਾਜ ਲੱਗਣ ਦੀ ਬਜਾਏ ਉਹਦੀ ਅਸਮਤ ਦੀ ਮਿਸਾਲ ਬਣ ਜਾ, ਉਹਦੀ ਅਸਮਤ ਦੀ ਮਿਸਾਲ ਬਣ ਜਾ। ਤੂੰ ਇਹਨੂੰ ਤੋੜ ਕੇ ਪਾਰ ਵੀ ਨਹੀਂ ਜਾ ਸਕਦਾ। ਤੂੰ ਮੈਂ ਕੀ ਗੱਲ ਕੀਤੀ ਹੈ ਸਦਾਣੀ, ਅੱਜ ਤੇ ਮੌਤ ਦੀ ਕੰਧ ਨੀ ਮੇਰਾ ਰਸਤਾ ਨਹੀਂ ਰੋਕ ਸਕਦੀ। ਅੱਗ ਤੇ ਖੂਨ ਦੇਖ ਜਾਂ ਸਾਰਾ ਤੂਫਾਨ ਨਹੀਂ ਹੋਣ ਤੇ ਪੁੱਤਰ ਨੂੰ ਮਿਲਣ ਦੀ ਖੁਸ਼ੀ ਵਿੱਚ ਮੈਂ ਉਹਨਾਂ ਦਾ ਸੀਨਾ ਚੀਰ ਕੇ ਲੰਘ ਜਾਵਾਂ। ਮੇਰੀ ਬੰਦੂਕ ਦੇ ਕੁੱਕਣ ਦੀ ਆਵਾਜ਼ ਸੁਣੋ ਜੱਟਾ। ਤੇਰੀ ਹਯਾਤੀ ਦਾ
اخیر بن کے اب پڑ گئی. جی اب پڑ گئے تے پھر اتھوں واپس ہن کٹ جائے گا. کٹ ود دا حساب تے اودو ہوئے گا مٹیارے جدو میں تکر دے ایک پلڑے وچ دادی دا تے دوجے وچ پوترے دا سر رکھ کے تولا. پر شاید تو اے نہیں جاندا نتا کہ سرانو تولن والے تکر دی ڈنڈی اودوں دی میرے سونے جٹ دے ہتھ سے جدو دا اونے تیرے پیو دے سر نو چوک مارن تو بغیر تولیا سی. اے تے میں وی مننا وا کہ تیرا خصم چوک مارن دا عادی نہیں, پر حرام میں بھی کدی نہیں کھاتا. جے یقین نہیں آندا تے مار بار جپڑے ہون والے خصم نو پھر ویکھ. تولا نت وڈا کے جٹ رب دا شکر ادا کرنا تا کہ جٹ اس ویلے کر لئے گا, نہیں تے رب دی سو اونے تینو کڑی چ تولیو ماشا تے ماشو رتی بنا دینا سی. اے جٹ سنیارے کدوں دے بن گئے؟ وے ادوں دے جدوں دیاں نتاں لئی میرے جٹ نے موت دیاں نتھاں کڑنیاں شروع کر دیتیاں نے. کڑنیاں شروع کر دیتیاں نے تے میں پان آیا تیرے جٹ دا سر لاؤن آیا. رب کرے او ویلا تے آوے نتا تے پھر تیرا اے چاہ وی میں ضرور پورا کراں گا جٹیے. او تینوں میں اوناں چر اپنے نال رکھاں گا جنہ چر تیرا او جٹ میرے تک پر نہیں جاندا. چل منگ نو میرے نال کوڑے تے ویکھ کے اینا کیوں کھول رہا ہے ویریا؟ ایدے نال میرا کوئی جھگڑا نہیں کوئی ویر نہیں, جے ویر ہے ایدے ہون والے خصم نال جدی لاش تے ایدے ہارے تے ویر سنن لئی میں نو ایتھے لے آیا. اے بہن تے میں تیرے گھر چ بڑی دیر دے پوا دینے سن, پر شکر ادا کر اس بڈے شیش ناک دا جڑا میری راہ وچ سپ بن کے بہ گیا. کون سپ تے کیڑا سپ؟ اوئے میرے تو ود زریلا سپ تے تینوں اس دردی دی کسے تھاں تے نہیں لبے گا. اودا خوف چھڈ میرے ول دھیان کر. اس بڈے سپ نو تے میں موت دی نندر دا اکو ہی ہلارا دے کے ہمیشہ لئی پٹاری وچ بند کرایا. اوئے کم کر کے تے تو میری بڑیاں مشکل حل کر دتیاں نے, اور میں تیرے آسے پاسے موت دے ہو جیا پنگڑا پواواں گا کہ تیری آن والیاں نسلاں چ نہ کوئی قتل کرے گا تے نہ کوئی قتل کران دا خواب ویکھے گا. خواب ویکھنا میرا نہیں تیرے جے بے نندرے دا کم. اے وے ایدے وچ صرف دو گولیاں نے تے دے نال میں جد بھی کسے تے وار کیتا دوجا کرن دی نوبت ہی نہیں آئی. کی نہیں آندا تے اپنی اکھاں نال دے نشان چیدہ پتر لگا ہے بھائی. ہن اپنی تھان تو انہیں تو ہلی نہ میں ہلاں گا. ویکھنے آج تقدیر کدا ساتھ دیندی ہے. تقدیر نے اتو بھی میرا ہی ساتھ دتا سی جدوں میں تیرے پیو دا سر لایا سی. میرے مولا نے چاہیا تے اچ بھی تقدیر میرا ہی ساتھ دے وچ. گئی اور تیری ایک نو چھانی کرنا سے میری بندوق
ਹਾਲੀ 100 ਗੋਲੀਆਂ ਬਾਕੀ ਤੇ ਫਿਰ ਚਲਾ ਗੋਲੀਆਂ ਤੇ ਬਣਾ ਇਸ ਇੱਕ ਦੀ ਛਾਨਣੀ ਤੇ ਫਿਰ ਮੈਂ ਤੈਨੂੰ ਗੋਲੀਆਂ ਨਾਲ ਨਹੀਂ ਹੋਏ ਇਸ ਬੰਦੂਕ ਤੇ ਪੱਟ ਨਾਲ ਇਹੋ ਜਿਹੇ ਪੱਟ ਲਵਾਂਗਾ ਇਹਦੀ ਮਿਸਾਲ ਤੇਰੀ ਕਤਲ ਲਾਉਣ ਵਾਲੀ ਲੜੀ ਚ ਵੀ ਨਹੀਂ ਲੱਭੇਗੀ ਦੁਸ਼ਮਣੀ ਦੇ ਇਸ ਘਰ ਮੱਤੇ ਰੰਗ ਚ ਭੰਗ ਪਾਣ ਕਿੱਥੋਂ ਆ ਗਿਆ ਜਾ ਇੱਥੋਂ ਜਾ ਇੱਥੋਂ ਕਿਧਰੇ ਦੀ ਹਿਆਸੀ ਦੇ ਨਾਲ ਨਾਲ ਮੈਨੂੰ ਤੇਰੀ ਹਿਆਸੀ ਦਾ ਦੀਵਾ ਵੀ ਗੁੱਲ ਕਰਨਾ ਪੈ ਜਾਏ ਮੈਂ ਤੇਰੀ ਮਾਂ ਦੀ ਹਯਾਤੀ ਨੂੰ ਗੁੱਲ ਕਰਕੇ ਦੇ ਆਇਆ ਤੇ ਹੁਣ ਤੇਰੀ ਤੌਣ ਤੇ ਤਕਬੀਰ ਪੜ ਕੇ ਮੈਂ ਉਸ ਜਗੀਰ ਦਾ ਮਾਲਕ ਬਣਾਂਗਾ ਜਿਹਦਾ ਤੂੰ ਕੱਲਾ ਹੀ ਵਾਰਸ ਹੈ ਓਏ ਰੰਗਿਆ ਤੂੰ ਜਗੀਰ ਦਾ ਵਾਰਿਸ ਬਣਨ ਲਈ ਮੇਰੀ ਮਾਂ ਹੀ ਨਹੀਂ ਖੋਈ ਜੰਨਤ ਦੀ ਉਹ ਚਾਹ ਵੀ ਖੋ ਲਈ ਹੈ ਤੇ ਉਸ ਚਾਹ ਦੇ ਹੱਟਣ ਨਾਲ ਸੂਰਜ ਸਵਾਨੇ ਦੇ ਤੇ ਅੱਪੜ ਗਿਆ ਹੀ ਤੇ ਹੁਣ ਸਵਾਨੇ ਦੇ ਤੇ ਆਏ ਹੋਏ ਸੂਰਜ ਨੂੰ ਮੈਂ ਤੇਰੇ ਤੇ ਇਸੇ ਖੂਨ ਨਾਲ ਠੰਡਾ ਕਰਾਂਗਾ ਇਹ ਤੋਫੀਕ ਸਿਰਫ ਰੱਬ ਨੇ ਮੈਨੂੰ ਬਖਸ਼ੀਏ ਦੁਸ਼ਮਣਾ ਇਨਸ਼ਾਅੱਲਾ ਤਾਲਾ ਪੂਰਵੀ ਨੂੰ ਮੈਂ ਹੀ ਕਰਾਂਗਾ ਮੇਰੇ ਹੱਥੋਂ ਕਤਲ ਹੋਣ ਵਾਲੇ ਯਾਰ ਦਾ ਖੂਨ
ਤੇ ਦੂਜੇ ਪਾਸੇ ਮੇਰੇ ਪੁੱਤਰ ਹੈ। ਭਾਵੇਂ ਮੈਂ ਤੈਨੂੰ ਦੋਵਾਂ ਨੂੰ ਮਰਦਿਆਂ ਨਹੀਂ ਵੇਖ ਸਕਦਾ। ਹਾਲੀ ਤੱਕ ਤੇਰੇ ਖੂਨ ਨੇ ਜੋਸ਼ ਕਿਉਂ ਨਹੀਂ ਮਾਰਿਆ ਹੈ? ਚਲੋ ਕਹਿ ਕੇ ਮੇਰੀ ਇੱਕ ਨਾ ਲੱਗ ਜਾ। ਤੇਰੀ ਪਾਲਣ ਵਾਲੀ ਮਾਂ ਨੇ ਮਰਨ ਤੋਂ ਪਹਿਲਾਂ ਇਕਲੇ ਤੇ ਲੱਗ ਕੇ ਠੰਡ ਮਾਰ ਦੇ ਪੁੱਤਰਾ। ਤੈਨੂੰ ਤੇ ਆਪਣੇ ਪੁੱਤਰ ਨੂੰ ਮਿਲਣ ਦਾ ਬੜਾ ਹੀ ਚਾਅ ਸੀ ਧਾਰਿਆ। ਫਿਰ ਤੂੰ ਆਪਣੇ ਪੁੱਤਰ ਤੇ ਮੇਰੇ ਪੋਤੇ ਨੂੰ ਬਚਾਉਣ ਲਈ ਇਹਨਾਂ ਦੋਵਾਂ ਤੋਂ ਆਪਣੇ ਆਪ ਨੂੰ ਕਿਉਂ ਕੁਰਬਾਨ ਕਰ ਦਿੱਤਾ? ਮੈਂ ਆਪਣੇ ਆਪ ਨੂੰ ਕੁਰਬਾਨ ਕਰਕੇ ਆਪਣੇ ਉਸ ਜ਼ੁਲਮ ਦਾ ਕਫਾਰਾ ਅਦਾ ਕੀਤਾ ਭੈਣਾ, ਜਿਹੜਾ ਮੈਂ ਤੇਰਾ ਪੁੱਤਰ ਕਤਲ ਕੀਤਾ ਸੀ। ਮੈਂ ਤੇਰੇ ਕੋਲੋਂ ਇੱਕ ਪੁੱਤਰ ਖੋਇਆ ਸੀ, ਤੈਨੂੰ ਦੋ ਪੁੱਤਰ ਦੇ ਚੱਲਿਆ।